ਮੌਕਾ ਦਿੱਤਾ ਹੈ ਔਰ ਤੁਹਾਨੂੰ ਸਭ ਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਕਿਉਂਕਿ ਜਿਹੜੇ ਲੋਕ ਧਰਮ ਦੇ ਪ੍ਰਚਾਰਕ ਬਣਦੇ ਨੇ ਉਹ ਸਿਰਫ ਆਪਣੇ ਪਰਿਵਾਰ ਨੂੰ ਸੋਧ ਨਹੀਂ ਦਿੰਦੇ ਬਲਕਿ ਉਹ ਸਮੁੱਚੀ ਕੌਮ ਨੂੰ ਸਿੱਧੇ ਰਸਤੇ 'ਤੇ ਲਿਜਾਣ ਦੇ ਲਈ ਕੰਮ ਕਰਦੇ ਇਸਲਾਮ ਬਾਰੇ ਕੁਛ ਦੱਸਣ ਤੋਂ ਪਹਿਲਾਂ ਇੱਕ ਮਸ਼ਹੂਰ ਹਕੀਮ ਲੁਕਮਾਨ ਗੁਜ਼ਰਿਆ ਉਹਦਾ ਇੱਕ ਟਿਕਰਾ ਮੈਨੂੰ ਯਾਦ ਆ ਰਿਹਾ ਤੁਹਾਡੇ ਨਾਲ ਸਾਂਝਾ ਕਰਦਾ ਉਹਨੇ ਕਿਹਾ ਕਿ ਨੀਮ ਹਕੀਮ ਖਤਰਾ ਏ ਜਾਨ ਨੀਮ ਹਕੀਮ ਖਤਰਾ ਏ ਜਾਨ ਨੀਮ ਮੁੱਲਾ ਖਤਰਾ ਏ ਈਮਾਨ ਕਹਿੰਦਾ ਕਿ ਅਗਰ ਡਾਕਟਰ ਜਿਹੜਾ ਹੈ ਉਹ ਤਾਲੀਮ ਯਾਫਤਾ ਨਹੀਂ ਹੋਵੇ ਸੁਣੀ ਸੁਣਾਈ ਗੱਲਾਂ ਦੇ ਨੁਸਖੇ ਬਣਾਉਂਦਾ ਹੈ ਔਰ ਲੋਕਾਂ ਨੂੰ ਦਵਾਈ ਦਿੰਦਾ ਹੈ ਇਹ ਤੈਅ ਹੈ ਕਿ ਜਿਹੜੇ ਲੋਕ ਉਹਦੀ ਦਵਾਈ ਖਾਂਦੇ ਨੇ ਉਹਨਾਂ ਦੀ ਜਾਨ ਲਈ ਖਤਰਾ ਖੜਾ ਹੋ ਜਾਂਦਾ ਉਹਨੇ ਅਗਲੀ ਗੱਲ ਕਹੀ ਕਿ ਇਸੇ ਤਰ੍ਹਾਂ ਨੀਮ ਮੁੱਲਾਂ ਮੁੱਲਾਂ ਸ਼ਬਦ ਜਿਹੜਾ ਹੈ ਉਹਨਾਂ ਸਾਰਿਆਂ ਧਾਰਮਿਕ ਆਗੂਆਂ ਲਈ ਉਹਨੇ ਇਸਤੇਮਾਲ ਕੀਤਾ ਹੈ ਜਿਹੜੇ ਲੋਕਾਂ ਨੂੰ ਧਰਮ ਦੀ ਸਿੱਖਿਆ ਦਿੰਦੇ ਨੇ ਚਾਹੇ ਉਹ ਮੌਲਵੀ ਨੇ ਚਾਹੇ ਉਹ ਗ੍ਰੰਥੀ ਨੇ ਚਾਹੇ ਉਹ ਪਾਠ ਕਰਨ ਵਾਲੇ ਲੋਕ ਨੇ ਚਾਹੇ ਉਹ ਪ੍ਰਚਾਰਕ ਨੇ ਅਗਰ ਉਹ ਸਿਰਫ ਸੁਣੀ ਸੁਣਾਈ ਗੱਲਾਂ ਦੇ ਮੁਤਾਬਕ ਔਰ ਬਿਨਾਂ ਕਿਸੇ ਇਤਿਹਾਸਕ ਤੱਥ ਨੂੰ ਦੇਖੇ ਹੋਏ ਜਾਂ ਜੋਸ਼ ਔਰ ਜਜ਼ਬੇ ਵਿੱਚ ਆ ਕੇ ਇਕੱਲੀ ਯੂਟਿਊਬ ਜਾਂ ਗੂਗਲ ਰਾਹੀਂ ਜਿਹੜਾ ਕਿ ਮੈਂ ਸਮਝਦਾ ਕਿ ਨਾਮੁਕੰਮਲ ਇਲਮ ਹੈ ਉਹਦੇ ਆਧਾਰ 'ਤੇ ਜਦੋਂ ਲੋਕਾਂ ਨਾਲ ਗੱਲ ਕਰਦੇ ਨੇ ਅਤੇ ਫਿਰ ਉਹ ਵੀ ਕੌਮ ਨੂੰ ਕੋਈ ਸਿੱਧੇ ਰਾਹ ਨਹੀਂ ਪਾ ਸਕਦੇ ਉਹ ਐਸੇ ਰਾਹ 'ਤੇ ਪਾਉਣਗੇ ਜਿੱਥੇ ਜਾ ਕੇ ਬੰਦਾ ਬਰਬਾਦ ਹੋ ਜਾਏਗਾ ਉਹ ਕਾਮਯਾਬ ਨਹੀਂ ਹੋ ਸਕਦਾ ਖਤਰਾ ਏ ਜਾਨ ਨੀ ਮੁੱਲਾ ਖਤਰਾ ਏ ਈਮਾਨ ਯਾਨੀ ਅਗਰ ਅੱਛਾ ਇਲਾਜ ਕਰਾਉਣਾ ਹੈ ਤਾਂ ਡਾਕਟਰ ਅੱਛਾ ਹੋਵੇ ਯੂਨੀਵਰਸਿਟੀ ਤੋਂ ਪੜ੍ਹਿਆ ਹੋਵੇ ਔਰ ਅਗਰ ਧਰਮ ਦਾ ਪ੍ਰਚਾਰ ਅੱਛਾ ਕਰਨਾ ਹੈ ਤਾਂ ਪ੍ਰਚਾਰਕ ਜਿਹੜਾ ਹੈ ਉਹ ਅੱਛੀ ਜਗ੍ਹਾ ਤੋਂ ਤਾਲੀਮ ਹਾਸਲ ਕਰਨ ਤੋਂ ਬਾਅਦ ਸਿੱਧੇ ਪ੍ਰਚਾਰਕ ਨਾ ਬਣ ਜਾਏ ਬਲਕਿ ਉਹਨੇ ਕਿਸੇ ਦੀ ਸੇਵਾ 'ਚ 5-7 ਸਾਲ ਲਾਏ ਹੋਣ ਕਿਉਂਕਿ ਦੋ ਤਰ੍ਹਾਂ ਦੀ ਤਾਲੀਮ ਹੈ ਦੁਨੀਆ 'ਚ ਇੱਕ ਹੈ ਧਰਮੀ ਔਰ ਇੱਕ ਹੈ ਦੁਨੀਆ ਦੋਨੋਂ ਸਿੱਖਿਆਵਾਂ 'ਚ ਫਰਕ ਜਿਹੜੀ ਦੁਨੀਆ ਦੀ ਤਾਲੀਮ ਮਿਸਾਲ ਦੇ ਤੌਰ 'ਤੇ ਤੁਸੀਂ ਕਿਸੇ ਕੌਨਵੈਂਟ ਸਕੂਲ 'ਚ ਚਲੇ ਜਾਓ ਜਾਂ ਕਿਸੇ ਯੂਨੀਵਰਸਿਟੀ 'ਚ ਚਲੇ ਜਾਓ ਉੱਥੇ ਤਾਂ ਕੋਈ ਪ੍ਰੋਫੈਸਰ ਖੜਾ ਹੋ ਕੇ ਕਦੀ ਆਪਣੇ ਬੱਚਿਆਂ ਨੂੰ ਇਹ ਨਹੀਂ ਦੱਸੇਗਾ ਕਿ ਮਾਂ ਪਿਓ ਦਾ ਸਤਿਕਾਰ ਕਿੱਦਾਂ ਕਰਨਾ ਇਹ ਗੱਲ ਨਹੀਂ ਹੋਏਗੀ ਉੱਥੇ ਕਦੀ ਕਿ ਸਵੇਰੇ ਕਿੰਨੇ ਵਜੇ ਉੱਠ ਕੇ ਇਸ਼ਨਾਨ ਕਰਨਾ ਹੈ ਅਤੇ ਰੱਬ ਦੇ ਅੱਗੇ ਸਜਦਾ ਕਰਨਾ ਉੱਥੇ ਗੱਲ ਹੀ ਨਹੀਂ ਹੋਏਗੀ ਕਿ ਹਲਾਲ ਕਮਾਉਣਾ ਹੈ ਕਿ ਹਰਾਮ ਕਮਾਉਣਾ ਹੈ ਉੱਥੇ ਥਿਊਰੀ ਹੈ ਕਿ ਅੱਗੇ ਕਿੱਦਾਂ ਵਧਣਾ ਉਹ ਭਾਵੇਂ ਕਿਸੇ ਨੂੰ ਦੇਖ ਕੇ ਵਧਣਾ ਭਾਵੇਂ ਹਲਾਲ ਹਰਾਮ ਦੀ ਤਮੀਜ਼ ਨੂੰ ਖਤਮ ਕਰਕੇ ਵਧਣਾ ਇਹਦੇ ਬਰਕਸ ਅਗਰ ਅਸੀਂ ਧਰਮ ਦੀ ਤਾਲੀਮ 'ਤੇ ਆ ਜਾਂਦੇ ਹਾਂ ਅਤੇ ਧਰਮ ਸਾਨੂੰ ਪਹਿਲਾਂ ਸਿੱਖਿਆ ਇਹ ਦਿੰਦਾ ਹੈ ਕਿ ਅਸੀਂ ਸਿੱਖਿਅਤ ਹੋਣ ਤੋਂ ਬਾਅਦ ਆਪਣੇ ਮਾਂ ਬਾਪ ਦਾ ਸਤਿਕਾਰ ਕਿੱਦਾਂ ਕਰਦੇ ਅੱਛਾ ਇੰਗਲਿਸ਼ ਬੋਲਣ ਵਾਲਾ ਬੱਚਾ ਸ਼ਾਮ ਨੂੰ ਜਾ ਕੇ ਆਪਣਾ ਬਸਤਾ ਜਿਹੜਾ ਹੈ ਨਾ ਉਹ ਵਗਾ ਕੇ ਮਾਰਦਾ ਘਰ 'ਚ ਕਿਸੇ ਸੋਫੇ ਤੋਂ ਜਦਕਿ ਉਹਦੇ 'ਚ ਕਿਤਾਬਾਂ ਨੇ ਧਰਮੀ ਬੱਚਾ ਆਪਣੀ ਕਿਤਾਬ ਛਾਤੀ ਨਾਲ ਲਾ ਕੇ ਤੁਰਦਾ ਹੈ ਅਤੇ ਉਹਨੂੰ ਸਤਿਕਾਰ ਦੇ ਨਾਲ ਉਸ ਜਗ੍ਹਾ ਰੱਖਦਾ ਜਿੱਥੇ ਉਹਦਾ ਰੱਖਣ ਦਾ ਥਾਂ ਹੈ ਕਿਉਂਕਿ ਉੱਥੋਂ ਇਲਮ ਹਾਸਲ ਕਰਦਾ ਦੁਨਿਆਵੀ ਤਾਲੀਮ ਹਾਸਲ ਕਰਨ ਵਾਲਾ ਜਿਹੜਾ ਬੱਚਾ ਹੈ ਉਹਦਾ ਟੀਚਾ ਹੈ ਕਿ ਮੈਂ ਅੱਗੇ ਵਧਣਾ ਹਾਂ ਦੌਲਤ ਕਮਾਉਣੀ ਔਰ ਉਸ ਟੀਚੇ ਦੇ ਮੁਤਾਬਕ ਕੋਈ ਕੈਨੇਡਾ ਜਾਣਾ ਚਾਹੁੰਦਾ ਹੈ ਕੋਈ ਅਮਰੀਕਾ ਜਾਣਾ ਚਾਹੁੰਦਾ ਹੈ ਕੋਈ ਇੰਗਲੈਂਡ ਜਾਣਾ ਚਾਹੁੰਦਾ ਹੈ ਉਸ ਟੀਚੇ 'ਚ ਕਿਤੇ ਨਹੀਂ ਇਹ ਲਿਖਿਆ ਹੋਇਆ ਕਿ ਜਦ ਤੂੰ ਚਲਾ ਜਾਏਗਾ ਮਾਂ ਪਿਓ ਦੀ ਇਕੱਲੀ ਔਲਾਦ ਹੈ ਅਤੇ ਤੇਰੇ ਬਾਅਦ ਤੇਰੀ ਮਾਂ ਨੂੰ ਕਿਹਨੇ ਸਾਹਮਣਾ
तेरे बाप की सेवा कि नहीं करनी। एक घर जो रौनक वर्गा नजर आता है तेरी मौजूदगी दे नाल, इहदा वेड़ा जिहड़ा सुन्ना हो जाएगा, क्योंकि उहदी सिक्ख्या ने उहनूं इस पासे सोचण दा समां ही नहीं दिता। और धर्मी बंदा जिहड़ा है वो अपने तो वध अपने माँ बाप का सोचता है, क्योंकि उन्हें पता है कि जे माँ प्यो राजी ने तो रब राजी, जे मैनू रब ने समर्थता दिती है इसलिए दिती है कि मैं जब बड़ा हो जा तो जिहड़ा माँ बाप ने मैनू शहजादिया वांगू पालिया है तो मैं अपने बाप माँ बाप को बादशाह वांगू रखा, उन्हां दी सेवा बादशाह वांगू करा जो मेरे बादशाह ने। ये जिहड़े लोग धर्म की तालीम हासिल करते हैं पहला तो यह कि उन्होंने कभी ये गल दिमाग च ना आए, कोई हीन भावना ना हो कि नहीं कि शायद दुनिया के जिहड़े तालीम याफ्ता लोग ने वधिया सिक्ख्या प्राप्त करने लोग ने असीं उन्हां तों शायद पिछे, असीं पिछे नहीं है, साडे माँ बाप साडे सिर ते ताज वांगू बैठे ने, ते जिहड़े वड्डे वड्डे IAS IPS बन गए उन्हां दे माँ प्यो ओल्ड होम दे विच जिंदगी गुजारते ने अपने बच्चों को याद करते हुए। यह फर्क है दोनों सिक्ख्यावां दा। गुरु की जिहड़ी सिक्ख्या है वो इंसान दे विच निमाणापन पैदा करदी। किसी साहब ने हुणे मैनूं पिछले दिन ही पुछया कि वली किहड़ा हुंदा है, जिदां तुहाडे पुछ लईए कि भी बहुत पहुंचया होया किहड़ा, किहड़े ऐसे बाबा जी ने बहुत पहुंचे हुए ने, मैं कहता सौखा काम है, ये देखने की लोड़ ही नहीं भी कितनी नमाजा पढ़ता या नहीं पढ़ता, दाढ़ी कितनी लंबी है छोटी है, कपड़े कितना दे पाता, ये ना देखो। मैं कहा जिन्हों गुस्सा नहीं आता वो वली होंगे, जिहड़ा खुदा दे लई समर्पित हो जाएगा। और बुले शाह ने कहा ना, बुलिया लोकी तेनू काफर आखन तू आहो आहो आख, जिहड़ा बंदा समर्पित हो जाता है खुदा दे लई फिर उन्हूं ये लगता है कि मैं मेरी हस्ती कुछ नहीं। और जिन्होंने एक लिखा है कि नहीं मैं बहुत बड़ी चीज हाँ, कौमां दी तबाही जिहड़ी है उहदी बहुत बड़ी वजह ही मैं प्रस्ती। हर बंदा चाहता है कि बस सिर्फ मेरी गल हो गई, मैनू ज़्यादा सत्कार दिता जाए, मैं पहुँचा तो मेरे लिए अलहदा गलबात हो। अगर असी इतिहास छकीए अपना या मुसलमान चक लैन सिख चक लैन जिहड़े मर्जी धर्म के लोग अपना इतिहास छकन, जिहड़े वडेरे गुजरे ने गुरु साहिबान जो दुनिया चो सानू सिक्ख्या दे के गए ने, उन्हां दा जिहड़ा तरीकेकार है दुनिया के नाल सांझ जिहड़ी पाई गई, कुछ प्रोटोकॉल नहीं सी। अज की है, अज धर्मां दे विच प्रोटोकॉल आ गए, प्रोटोकॉल ने धर्म की रूह नूं मार दिता है, नक्शा बाकी रह गया, रूह खत्म हो गई। और इबादत उदों होंदी है जब उहदी रूह जिंदा हो, हुण रूह मुक गई उहदी जगह प्रोटोकॉल ने लिया, दर्जाबंदी हो गई। धर्मी लोग जिहड़े ने खासकर जिहड़े प्रचारक ने उन्होंने गल समझण दी इह है कि धर्म आखिर है की, धर्म कहिंदे किहनूं, क्योंकि अज मैं तुहाडे नाल इस्लाम की गल करन लई इत्थे बुलाया गया। हज़रत मुहम्मद साहब सल्लल्लाहु अलैहि वसल्लम जिहड़े कि मुसलमानां दे आखरी गुरु ने, मक्के की धरती ते पैदा होए अज तो तकरीबन 1450 साल पहला, और ये अरसा कुछ लंबा नहीं। अगर अपने असीं कुछ गुआंढी धर्मां नूं पुछदे हां उन्हां दी उम्र ते कई हज़ार साल है, कुछ धर्मां दी अगर असीं उम्र पुछदे हां हज़ार सालों तों उत्ते, कई कई हज़ार साल, साढ़े 1400 साल पहला मुहम्मद साहब जब आए थे मक्के च हालात जिहड़े सी वो ऐसे सी जिदा किसी घर कुड़ी जम पवे वो कहिंदे सी इहनूं दबे आओ किसी नूं जवाई बनाना पए। मक्के तो यशरफ जिहनूं मदीना कहिंदे 500 मील है उत्थे तक इह सी वी जिहड़े गुलाम ने इहनां नूं रोटी दिओ ना दिओ कोई गल, यशरफ तो कैसरो किसरा जिहनूं हुण तुसीं ईरान इराक कहिंदे हो उत्थे तक जिहड़े बादशाह सी उह लोकां नूं कहिंदे सी तुसीं खेती खुती करो, जो अनाज है जमा करा जाओ, थोड़ी लोड़ नहीं कपड़े कुपड़े की रहन रूह की, ठीक है जंगलों च रहो।
ਯਸ਼ਰਫ ਤੋਂ ਲੈ ਕੇ ਅਫਰੀਕਾ ਤੱਕ ਉੱਥੇ ਹਾਲਤ ਸੀ ਕਿ ਲੋਕਾਂ ਦੇ ਪੈਰਾਂ 'ਚ ਬੇੜੀਆਂ ਪਾਈਆਂ ਸੀਗੀਆਂ, ਉਹਨਾਂ ਨੂੰ ਜਾ ਕੇ ਮੰਡੀਆਂ 'ਚ ਐਂ ਵੇਚਦੇ ਸੀ ਜਿੱਦਾਂ ਅਸੀਂ ਅੱਜ ਮੱਝਾਂ ਵੇਚਦੇ। ਅਫਰੀਕਾ ਤੋਂ ਹਿੰਦੁਸਤਾਨ ਤੱਕ ਵੀ ਇਸਲਾਮ ਆਉਣ ਤੋਂ ਪਹਿਲਾਂ ਮੁਹੰਮਦ ਬਿਨ ਕਾਸਿਮ ਸਭ ਤੋਂ ਪਹਿਲਾਂ ਆਇਆ। ਇੱਕ ਖੂਹ ਤੋਂ ਦੋ ਰੰਗ ਔਰ ਨਸਲਾਂ ਦੇ ਲੋਕ ਪਾਣੀ ਨਹੀਂ ਪੀ ਸਕਦੇ। ਇੱਥੋਂ ਫਿਰ ਨਵੀਂ ਦੁਨੀਆ ਜਿਹਨੂੰ ਅਮੈਰੀਕਾ ਕਹਿੰਦੇ ਹੋ, ਉੱਥੇ ਦਾ ਹੁਕਮ ਸੀਗਾ ਕਿ ਤੁਹਾਡੇ ਨੌਕਰ ਨੂੰ ਅਗਰ ਖਾਣਾ ਨਾ ਦਿੱਤਾ ਜਾਵੇ ਔਰ ਮਰ ਜਾਏ ਤਾਂ ਕੋਈ ਅਦਾਲਤ ਕੋਈ ਥਾਣਾ ਐਸਾ ਨਹੀਂ ਹੈ ਜਿਹੜਾ ਤੁਹਾਡੇ ਖਿਲਾਫ਼ ਮੁਕੱਦਮਾ ਦਰਜ ਕਰੇ, ਕਿਉਂਕਿ ਉਹ ਇਨਸਾਨਾਂ ਦੀ ਕੈਟਾਗਰੀ 'ਚ ਨਹੀਂ ਆਉਂਦਾ। ਮੁਹੰਮਦ ਸਾਹਿਬ ਤੋਂ ਪਹਿਲਾਂ ਧਰਮ ਨੂੰ ਇਬਾਦਤ ਦੇ ਨਾਲ ਜੋੜਿਆ। ਲੋਕਾਂ ਨੇ ਕਿਹਾ ਧਰਮੀ ਉਹ ਹੈ, ਹਜ਼ਰਤ ਇਬਰਾਹੀਮ, ਹਜ਼ਰਤ ਮੂਸਾ, ਹਜ਼ਰਤ ਈਸਾ ਦੇ ਜਾਣ ਤੋਂ ਬਾਅਦ ਕਈ ਹਜ਼ਾਰ ਸਾਲ ਬਾਅਦ ਲੋਕ ਆਉਂਦੇ ਰਹੇ। ਉਹਨਾਂ ਨੇ ਕਿਹਾ ਜੀ ਧਰਮ ਤਾਂ ਉਹ ਹੈ ਜਿਹੜਾ ਸਵੇਰੇ ਉੱਠ ਕੇ ਨਮਾਜ਼ ਪੜ੍ਹਦਾ ਹੈ ਨਾ, ਨਹਾ ਧੋ ਕੇ, ਉਹ ਧਰਮ। ਉਹਨਾਂ ਨੇ ਕਿਹਾ ਧਰਮ ਹੀ ਹੈ ਜਿਹੜਾ ਬੰਦਾ ਮੱਕੇ ਦੀ ਜਿਹੜੀ ਵੱਡੀ ਮਸਜਿਦ ਹੈ ਉਹਦੇ ਚਾਰ ਪੰਜ ਸੱਤ ਗੇੜੇ ਚਾਰੋਂ ਪਾਸੋਂ ਲਾ ਲਵੇ, ਇਹ ਧਰਮ ਹੈ, ਉਹਦਾ ਹੱਜ ਹੋ ਗਿਆ। ਹੱਜ ਇਸਲਾਮ ਤੋਂ ਪਹਿਲਾਂ ਦਾ ਉਤਾਰ ਹੈ, ਇਸਲਾਮ ਤੋਂ ਨਹੀਂ ਹੋਇਆ। ਉਹਨਾਂ ਨੇ ਕਿਹਾ ਜੀ ਧਰਮ ਤਾਂ ਬਸ ਇਹੀ ਹੈ ਕਿ ਦੋ ਚਾਰ ਬੁੜੀਆਂ ਨੂੰ ਖਾਣਾ ਖਿਲਾ ਦਿਓ। ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਜਦੋਂ ਆਏ ਅਤੇ ਉਹਨਾਂ ਨੇ ਧਰਮ ਦੀ ਵਿਆਖਿਆ ਕੀਤੀ ਆ। ਉਹਨਾਂ ਕਿਹਾ ਜਿਹੜਾ ਤੁਸੀਂ ਦੱਸਦੇ ਹੋ ਧਰਮ, ਧਰਮ ਇਹ ਨਹੀਂ ਜਿਹੜਾ ਲੋਕਾਂ ਦਾ ਖੂਨ ਪਸੀਨਾ ਪੀ ਖਾ ਪੀ ਕੇ, ਲੋਕਾਂ ਦੀ ਹਲਾਲ ਕਮਾਈ ਖਾ ਕੇ, ਲੋਕਾਂ ਦਾ ਜ਼ੁਲਮ ਤਸ਼ੱਦਦ ਕਰਨ ਤੋਂ ਬਾਅਦ ਇੱਕ ਚੌਧਰੀ ਆਪਣੇ ਘਰ ਦੇ ਵਿੱਚ ਬਹੁਤ ਵਧੀਆ ਜਗ੍ਹਾ ਸਵੇਰੇ ਇਸ਼ਨਾਨ ਕਰਕੇ ਨਮਾਜ਼ ਪੜ੍ਹ ਰਿਹਾ ਹੈ, ਇਹ ਧਰਮ ਨਹੀਂ। ਮੱਕੇ ਦੇ ਲੋਕਾਂ ਨੂੰ ਇਕੱਠਾ ਕੀਤਾ, ਇਸਲਾਮ ਦਾ ਪਹਿਲਾ ਦਿਨ ਸੀ, ਨਬੂਵਤ ਮਿਲੀ 40 ਸਾਲ ਦੀ ਉਮਰ, 40 ਸਾਲ ਦੀ ਉਮਰ 'ਚ ਪਹਿਲੀ ਵਹੀ ਯਾਨੀ ਕਿ ਫਰਿਸ਼ਤਾ ਪਹਿਲਾਂ ਆਉਂਦਾ ਉਹ ਦੱਸਦਾ ਹੈ ਕਿ ਤੁਹਾਨੂੰ ਅੱਲਾਹ ਤਾਲਾ ਦਾ ਨਬੀ ਬਣਾਇਆ ਜਾ ਰਿਹਾ। ਕੁਰਾਨ ਸ਼ਰੀਫ ਜਿਹੜੀ ਸਾਡੀ ਮੁਕੱਦਸ ਕਿਤਾਬ ਹੈ ਇਹ ਮੁਹੰਮਦ ਸਾਹਿਬ ਦੀ ਨਹੀਂ ਲਿਖੀ, ਇਹ ਕਿਤਾਬ ਅੱਲਾਹ ਤਾਲਾ ਵੱਲੋਂ ਫਰਿਸ਼ਤਾ ਜਿਹੜਾ ਹੈ ਉਹ ਇਹਦੀ ਆਇਤਾਂ ਲੈ ਕੇ ਆਉਂਦਾ ਸੀ ਅਤੇ ਮੁਹੰਮਦ ਸਾਹਿਬ ਉਹਨਾਂ ਆਇਤਾਂ ਨੂੰ ਅੱਗੇ ਆਪਣੇ ਚੇਲਿਆਂ ਨੂੰ ਦੱਸਦਾ ਸੀ। ਪਹਿਲੀ ਗੱਲ ਤਾਂ ਇਹ ਕਿ ਕੁਰਾਨ ਸ਼ਰੀਫ ਜਿਹੜੀ ਹੈ ਉਹ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਦੀ ਲਿਖੀ ਹੋਈ ਕਿਤਾਬ ਨੇ, ਇਹ ਅੱਲਾਹ ਤਾਲਾ ਉਹਦੀ ਜਿਹੜੀ ਪਹਿਲੀ ਆਇਤ ਜਿਹੜੀ ਨਾਜ਼ਿਲ ਹੋਈ ਉਸ ਇਕਰਾ ਬਿਸਮੀ ਰੱਬੀ ਕੱਲਜ਼ੀ ਖਲਕ, ਖੁਦਾ ਨੇ ਕਿਹਾ ਕਿ ਪੜ੍ਹੋ ਆਪਣੇ ਰੱਬ ਦੇ ਨਾਂ ਤੋਂ ਜਿਹਨੇ ਤੁਹਾਨੂੰ ਪੈਦਾ ਕੀਤਾ ਇੱਕ ਗੰਦੇ ਪਾਣੀ ਦੇ ਕਤਰੇ ਤੋਂ। ਪਹਿਲਾ ਸ਼ਬਦ ਇਕਰਾ ਇਸਲਾਮ ਨੇ ਤਾਂ ਇਸਤੇਮਾਲ ਕੀਤਾ ਅੱਲਾਹ ਤਾਲਾ ਨੇ ਕਿ ਦੁਨੀਆ ਨੂੰ ਇਹ ਦੱਸੀਏ ਕਿ ਸਿੱਖਿਆ ਹੀ ਇੱਕ ਐਸੀ ਚੀਜ਼ ਹੈ ਜਿਹੜੀ ਤੁਹਾਨੂੰ ਅੰਧੇਰੇ ਚੋਂ ਕੱਢ ਕੇ ਰੋਸ਼ਨੀ ਵਿੱਚ ਲਿਆ ਸਕੇ। ਇਹ ਪੁਰਾਣੇ ਪਾਕ ਦੀ ਪਹਿਲੀ ਆਇਤ ਜਦੋਂ ਆਈ ਦੇ ਨਾਲ ਬੰਦੇ ਨੂੰ ਇਹ ਵੀ ਦੱਸਿਆ ਵੀ ਤੂੰ ਆਪਣੇ 'ਤੇ ਜ਼ਿਆਦਾ ਮਾਣ ਨਹੀਂ ਕਰਨਾ ਕਿਉਂਕਿ ਰੱਬ ਨੇ ਤੈਨੂੰ ਪਾਣੀ ਦੇ ਇੱਕ ਗੰਦੇ ਕਤਰੇ ਦੇ ਨਾਲ ਪੈਦਾ ਕੀਤਾ, ਤੂੰ ਬਹੁਤ ਵੱਡੀ ਤੂੰ ਸ਼ਖਸੀਅਤ ਨਹੀਂ ਬਣ ਗਿਆ। ਅਤੇ ਹਜ਼ਰਤ ਮੁਹੰਮਦ ਸਾਹਿਬ ਨੇ ਲੋਕਾਂ ਨੂੰ ਇਕੱਠੇ ਕੀਤਾ ਮੱਕੇ ਦੀ ਜ਼ਮੀਨ 'ਤੇ, ਰਿਸ਼ਤੇਦਾਰ ਹੀ ਸੀ ਜ਼ਿਆਦਾਤਰ, ਇਕੱਠੇ ਕਰਕੇ ਆਪ ਇੱਕ ਪਹਾੜ ਦੀ ਚੋਟੀ 'ਤੇ ਖੜ੍ਹੇ ਹੋਏ, 40 ਸਾਲ ਉਹਨਾਂ ਲੋਕਾਂ ਦੇ ਵਿੱਚ ਗੁਜ਼ਾਰੇ ਸੀ। ਫਰਮਾਇਆ ਕਿ ਅਗਰ ਮੈਂ ਕਹਾਂ ਇਸ ਪਹਾੜ ਦੇ ਪਿੱਛੇ ਇੱਕ ਲਸ਼ਕਰ ਆ ਰਿਹਾ ਤੁਹਾਨੂੰ ਮਾਰ ਦਿਆਗਾ, ਯਕੀਨ ਕਰ ਲਉਂਗੇ ਮੇਰੀ ਗੱਲ ਦਾ? ਮੱਕੇ ਦੇ ਲੋਕਾਂ ਨੇ ਕਿਹਾ ਬਿਲਕੁਲ, ਕਿਉਂਕਿ ਤੁਹਾਡੀ ਜਵਾਨੀ ਬਚਪਨ ਐਸਾ ਪਾਕ ਗੁਜ਼ਰਿਆ ਕਿ ਅੱਜ ਤੱਕ ਤੂੰ ਜੋ ਕਿਹਾ ਸੱਚ ਕਿਹਾ, ਤੂੰ ਜੋ ਕਹੇਗਾ ਅਸੀਂ ਮੰਨ ਲਾਂਗੇ। ਫਰਮਾਇਆ ਠੀਕ, ਤੁਹਾਨੂੰ ਸਮਝਾਉਣ ਲਈ ਕਿ ਮੈਂ ਵਿਆਖਿਆ ਹੀ ਪੰਜਾਬੀ ਸਮਝਾਉਂਦਾ। ਉਹਨਾਂ ਦਾ ਕਹਿਣ ਦਾ ਮਕਸਦ ਸੀ ਕਿ ਵੀ ਇੱਕ ਆਦਮੀ ਚਾਹੁੰਦਾ ਕਿ ਬੀਵੀ ਉਹਦੀ ਵਫ਼ਾਦਾਰ ਹੈ, ਮਾਲਕ ਕਹਿੰਦਾ ਨੌਕਰ ਮੇਰੇ ਵਫ਼ਾਦਾਰ ਹੈ, ਸਰਕਾਰ ਵੀ ਕਹਿੰਦੀ ਮੁਲਾਜ਼ਮ ਉਹਦੇ ਵਫ਼ਾਦਾਰ ਹੈ, ਪਿਓ ਚਾਹੁੰਦਾ ਪੁੱਤ ਉਹਦਾ ਵਫ਼ਾਦਾਰ ਹੈ। ਲੋਕਾਂ ਨੂੰ ਪੁੱਛਿਆ ਵਫ਼ਾਦਾਰੀਆਂ ਤਾਂ ਦੁਨੀਆ 'ਚ ਲੱਭਦੇ ਹੋ ਨਾ, ਅਤੇ ਹਰ ਬੰਦੇ ਦੀ ਇੱਕੋ ਹੀ ਸਭ ਤੋਂ ਪਹਿਲੀ ਜ਼ਰੂਰਤ ਇਹੀ ਹੈ ਘਰ ਦੇ ਵਿੱਚ, ਇੱਕ ਮਰਦ ਦੀ ਵੀ ਇਹੀ ਜ਼ਰੂਰਤ ਹੈ ਕਿ ਬੀਵੀ ਉਹਦੀ ਵਫ਼ਾਦਾਰ ਰਹੇ, ਬੀਵੀ ਦੀ ਵੀ ਇਹ ਜ਼ਰੂਰਤ ਹੈ ਕਿ ਮਰਦ ਉਹਦਾ ਵਫ਼ਾਦਾਰ ਰਹੇ। ਘਰ ਦਾ ਮਾਲਕ ਇਹ ਚਾਹੁੰਦਾ ਮੇਰੇ ਨੌਕਰ, ਮੇਰੇ ਬੱਚੇ, ਮੇਰੇ ਮਤਹਿਤ, ਮੇਰੇ ਵਫ਼ਾਦਾਰ ਰਹੇ। ਅਤੇ ਮੁਹੰਮਦ ਰਸੂਲਲਾ ਨੇ ਫਰਮਾਇਆ ਕਿ ਜਦ ਲੋਕਾਂ ਲਈ ਵਫ਼ਾਦਾਰੀਆਂ ਲੱਭਦੇ ਹੋ ਆਪਣੇ ਲਈ, ਅਤੇ ਇੱਕ ਖੁਦਾ ਵੀ ਤਾਂ ਚਾਹੁੰਦਾ ਹੈ ਨਾ ਕਿ ਤੁਸੀਂ ਇੱਕ ਰੱਬ ਦੇ ਵਫ਼ਾਦਾਰ ਹੋ, ਇਹ ਕਿੱਦਾਂ ਮੁਮਕਿਨ ਹੈ ਕਿ ਤੁਸੀਂ ਦੁਨੀਆ 'ਚ ਵਫ਼ਾਦਾਰੀ ਲੱਭਦੇ ਹੋ ਅਤੇ ਜਦੋਂ ਇਬਾਦਤ ਕਰਨੀ ਹੈ ਮੱਥਾ ਟੇਕਣਾ
ਤੁਸੀਂ ਥਾਂ ਥਾਂ ਮੱਥੇ ਟੇਕੀ ਜਾਂਦੇ ਹੋ, ਇੱਕ ਪਾਸੇ ਕਹੀ ਜਾਂਦੇ ਹੋ ਤੂੰ ਮੇਰਾ ਪਿਓ ਹੈ, ਫਿਰ ਜਿਹੜਾ ਆ ਰਿਹਾ ਉਹ ਵੀ ਪਿਓ ਹੈ। ਪਰ ਮੈਂ ਇਬਾਦਤ ਦੇ ਵਿੱਚ ਵੀ ਤਾਂ ਰੱਬ ਚਾਹੁੰਦਾ ਹੈ ਨਾ, ਖੁਦਾ ਵੀ ਚਾਹੁੰਦਾ ਕਿ ਮੇਰਾ ਬੰਦਾ, ਲੋਕਾਂ ਨੇ ਕਿਹਾ ਹਜ਼ਰਤ ਮੁਹੰਮਦ ਸਾਹਿਬ ਤੋਂ ਪਹਿਲਾਂ ਵੀ ਲੋਕਾਂ ਨੇ ਕਿਹਾ, ਅੱਜ ਵੀ ਬਹੁਤ ਸਾਰੀ ਦੁਨੀਆ ਸੱਭਿਆਚਾਰ ਦੇ ਪੈਗਾਮ ਦੇ ਬਹਾਨੇ ਝੂਠ ਬੋਲਦੀ ਹੈ ਕਿ ਖੁਦਾ ਇੱਕ ਹੈ। ਮੈਂ ਮੰਨਦਾ ਖੁਦਾ ਇੱਕ ਹੈ, ਖੁਦਾ ਇੱਕ ਉਹਨਾਂ ਦਾ ਹੈ ਜਿਹੜੇ ਇੱਕ ਦੀ ਇਬਾਦਤ ਕਰਦੇ ਨੇ, ਜਿਹੜੇ ਥਾਂ ਥਾਂ ਮੱਥੇ ਟੇਕਦੇ ਨੇ, ਉਹਨਾਂ ਦਾ ਖੁਦਾ ਇੱਕ ਨਹੀਂ ਹੈ, ਉਹਨਾਂ ਦਾ ਨਹੀਂ ਖੁਦਾ ਇੱਕ, ਉਹਨਾਂ ਦਾ ਤਾਂ ਜਿੱਥੇ ਦਿਲ ਕਰਦਾ ਉੱਥੇ, ਕਿਤੇ ਥੋੜੇ ਜਿਹੇ ਰੋਲੇ ਇਕੱਠੇ ਕਰਕੇ ਰੰਗ ਕਰਦੇ ਉੱਥੇ ਮੱਥਾ ਟੇਕ ਦਿੰਦੇ ਨੇ, ਕਿਤੇ ਦਰਖਤ ਤੇ ਰੱਸੀਆਂ ਬੰਨ ਦਿਓ ਦੋ ਲਾਲ ਪੀਲੀਆਂ ਉੱਥੇ ਮੱਥਾ ਟੇਕ ਦਿੰਦੇ ਨੇ, ਕਿਤੇ ਕਬਰ ਤੇ ਚਾਦਰਾਂ ਪਾ ਦਿਓ ਉੱਥੇ ਮੱਥਾ ਟੇਕ ਲੈਣ, ਉਹਨਾਂ ਦਾ ਕੀ ਹੈ? ਜਿਹਨਾਂ ਦਾ ਅਕੀਦਾ ਇੱਕ ਹੈ ਕਿ ਮੈਂ ਇੱਕ ਖੁਦਾ ਦੀ ਇਬਾਦਤ ਕਰਨੀ ਹੈ, ਇੱਕ ਦੇ ਅੱਗੇ ਮੱਥਾ ਟੇਕਣਾ, ਇਹ ਜਿਹੜੀ ਸਰਦਾਰੀ ਹੈ, ਇਹ ਜਿਹੜੀ ਜ਼ਮੀਨ ਹੈ, ਇਹ ਜਿਹੜਾ ਮੱਥਾ ਹੈ, ਇਹ ਸਿਰਫ ਇੱਕ ਦੇ ਅੱਗੇ ਝੁਕੇਗਾ, ਸਤਿਕਾਰ ਸਾਰਿਆਂ ਦਾ ਕਰਦੇ। ਮੁਹੰਮਦ ਰਸੂਲੁੱਲਾ ਨੇ ਕਿਹਾ ਵੀ ਅਸੀਂ ਸਤਿਕਾਰ ਸਭ ਦਾ ਕਰਦੇ, ਆਪਣੇ ਸਾਹਿਬਾਂ ਨੂੰ ਕਿਹਾ ਕਿ ਹੁਣ ਜਦੋਂ ਮੁਲਕ ਤੋਂ ਬਾਹਰ ਜਾਓਗੇ ਔਰਤਾਂ ਦੀ ਬੜੀ ਇੱਜ਼ਤ ਕਰਨੀ ਹੈ, ਫਰਮਾਇਆ ਬੱਚਿਆਂ ਦਾ ਬੜਾ ਇਹਤਰਾਮ ਕਰਨਾ ਹੈ, ਫਰਮਾਇਆ ਬੁੱਢਿਆਂ ਦਾ ਬੜਾ ਇਹਤਰਾਮ ਕਰਨਾ, ਫਰਮਾਇਆ ਗੈਰ ਮੁਸਲਿਮਾਂ ਦੀ ਇਬਾਦਤ ਗਾਹਾਂ ਦਾ ਇਹਤਰਾਮ ਕਰਨਾ, ਫਰਮਾਇਆ ਉਹਨਾਂ ਦੀ ਇਬਾਦਤ ਗਾਹਾਂ ਨੂੰ ਨੁਕਸਾਨ ਨਾ ਪਹੁੰਚੇ, ਲੇਕਿਨ ਫਰਮਾਇਆ ਕਿ ਜਦ ਇਬਾਦਤ ਕਰਨੀ ਹੈ ਤੇ ਇਕੱਲਾ ਦੀ ਕਰਨੀ। ਤੇ ਹੁਣ ਤੁਸੀਂ ਆ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਥ ਜਦੋਂ ਬਣਾਇਆ, ਬਾਬੇ ਨਾਨਕ ਨੇ ਜਿਹੜੀ ਸਾਨੂੰ ਸਿੱਖਿਆ ਦਿੱਤੀ ਹੈ ਸਾਢੇ 500 ਸਾਲ ਦੇ ਵਿੱਚ, ਕਿ ਸਾਨੂੰ ਇਹ ਦੱਸਿਆ ਨਹੀਂ ਗਿਆ ਵੀ ਖੁਦਾ ਦੀ ਇਬਾਦਤ ਕਰੀਏ ਤੇ ਇੱਕ ਦੇ ਮੂਹਰੇ ਹੀ ਝੁਕੀਏ। ਤੇ ਮੁਹੰਮਦ ਰਸੂਲਲਾ ਨੇ ਜਦ ਇਹ ਪਹਿਲੀ ਗੱਲ ਮੱਕੇ ਦੇ ਲੋਕਾਂ ਨੂੰ ਕਹੀ ਨਾ ਪਹਿਲੇ ਦਿਨ, ਤੇ ਉੱਥੇ ਕੀ ਸੀ, ਲੋਕਾਂ ਨੇ ਛੋਟੇ ਛੋਟੇ ਖੁਦਾ ਬਣਾਏ ਸੀ ਵੀ ਇਹ ਬਾਰਿਸ਼ ਵਾਲਾ ਖੁਦਾ ਆ, ਇਹ ਹਨੇਰੀਆਂ ਲਿਆਉਣ ਵਾਲਾ ਖੁਦਾ, ਇਹ ਮੁੰਡੇ ਦੇਣ ਵਾਲਾ, ਇਹ ਕੁੜੀਆਂ ਦੇਣ ਵਾਲਾ, ਇਹ ਬਿਮਾਰੀਆਂ ਦੂਰ ਕਰਨ ਵਾਲਾ, ਇਹ ਖੋੜੇ ਦੂਰ ਕਰਨ ਵਾਲਾ। ਸਾਡੇ ਵੀ ਤਾਂ ਪਿੰਡਾਂ 'ਚ ਬਣ ਕੇ ਨਾ ਕਈ ਬਾਬੇ ਵੀ ਪੇੜਾ ਖਵਾਓ ਅਤੇ ਮੱਝ ਦੁੱਧ ਦੇਣ ਲੱਗ ਪਊਗੀ, ਐਂ ਕਰ ਲਓ ਫਲਾਨਾ ਹੋ ਜਾਏਗਾ। ਉਦੋਂ ਵੀ ਲੋਕਾਂ ਨੇ ਚੱਜ ਬਣਾਏ ਸੀ ਧਰਮ ਦੇ ਨਾਲ ਪੈਸੇ ਕਮਾਉਣ ਦੇ, ਜਿਹਦੇ ਜਿਸ ਚੱਜ ਦੇ ਵਿੱਚ ਜਿਸ ਇਬਾਦਤ ਦੇ ਵਿੱਚ ਦੌਲਤ ਦਾ ਦਖਲ ਹੋ ਜਾਏ ਉਹ ਇਬਾਦਤ ਨਹੀਂ। ਅਤੇ ਜਦ ਇਹ ਪਹਿਲੀ ਗੱਲ ਕਹੀ ਅਤੇ ਜਿੰਨੇ ਸਾਹਮਣੇ ਖੜ੍ਹੇ ਸੀਗੇ ਸਾਰੇ ਦੇ ਸਾਰੇ ਮੁਨਕਰ ਹੋ ਗਏ, ਕਹਿੰਦੇ ਨਾ ਅਸੀਂ ਤਾਂ ਤੇਰੀ ਨਹੀਂ ਮੰਨਦੇ, ਜੇ ਤੇਰੀ ਮੰਨ ਲਈ ਸਾਡਾ ਤਾਂ ਵਪਾਰ ਬੰਦ ਹੋ ਜਾਣਾ, ਸਾਡਾ ਤਾਂ ਆਪਣਾ ਆਪਣਾ ਕੰਮ ਚੱਲਣ ਡਿਆ ਹੈ, 360 ਖੁਦਾ ਅਸੀਂ ਬਣਾਏ ਹੈ, ਤੇਰੀ ਮੰਨ ਲਈ ਸਾਡਾ ਤਾਂ ਵਪਾਰ ਖਤਮ। ਪਰ ਮੈਂ ਅੱਛਾ ਦੂਜੀ ਗੱਲ ਦੱਸ, ਹੋਰ ਕੀ ਚਾਹੁੰਦੇ ਹੋ? ਮੁਹੰਮਦ ਰਸੂਲਲਾ ਨੇ ਦੂਸਰੀ ਗੱਲ ਕਹੀ, ਪਰ ਮੈਂ ਇੱਕ ਖੁਦਾ ਦੀ ਇਬਾਦਤ ਕਰੂੰਗੇ, ਮੈਨੂੰ ਆਪਣਾ ਰਸੂਲ ਮੰਨੂੰਗੇ, ਅਤੇ ਮੇਰਾ ਪਹਿਲਾ ਹੁਕਮ ਇਹ ਹੈ ਕਿ ਇਨਸਾਨਾਂ ਦੇ ਵਿੱਚ ਬਰਾਬਰੀ ਲੈ ਕੇ ਆ। ਬਹੁਤ ਸਾਰੇ ਲੋਕ ਇਹ ਸਮਝਦੇ ਨੇ, ਕਿਉਂਕਿ ਇੱਕ ਇਤਿਹਾਸ ਹੁੰਦਾ ਇੱਕ ਮਿਥਿਹਾਸ ਹੁੰਦਾ, ਬਹੁਤ ਸਾਰੇ ਲੋਕ ਇਹ ਸਮਝਦੇ ਕਿ ਪੂਰੀ ਦੁਨੀਆ 'ਚ ਇਸਲਾਮ ਨੇ ਸਿਰਫ ਜੰਗਾਂ ਹੀ ਲੜੀਆਂ, ਉਹਦੀ ਵਜ੍ਹਾ ਨਾਲ ਲੋਕ ਮੁਸਲਮਾਨ ਹੋ। ਮੈਂ ਤੁਹਾਡੇ ਸਾਹਮਣੇ ਖੜ੍ਹਾ, ਅਸੀਂ ਦਰਬੜਾਂ ਦੀ ਔਲਾਦ 'ਚੋਂ ਇਸ ਭਾਰਤ ਦੇ 26 ਕਰੋੜ ਮੁਸਲਮਾਨ, ਅਗਰ ਜੰਗਾਂ ਦੀ ਵਜ੍ਹਾ ਨਾਲ ਅਸੀਂ ਇਸਲਾਮ ਕਬੂਲ ਕਰਦੇ ਤਾਂ ਮੁਸਲਮਾਨ ਹੁਕਮਰਾਨਾਂ ਨੂੰ ਇਸ ਦੇਸ਼ 'ਚੋਂ ਗਏ ਹੋਏ 500 ਸਾਲ ਹੋ ਗਏ ਅਤੇ ਅਸੀਂ ਇਸਲਾਮ ਛੱਡ ਨਾ ਦਿੰਦੇ? ਜੰਗਾਂ ਨੇ ਇਸਲਾਮ ਨਹੀਂ ਅੱਗੇ ਵਧਾਇਆ। ਮਲੇਸ਼ੀਆ ਜਾਓ, ਇੰਡੋਨੇਸ਼ੀਆ ਜਾਓ, ਮੁਸਲਮਾਨਾਂ ਦੇ ਸਭ ਤੋਂ ਬੜੇ ਦੇਸ਼ ਨੇ, ਕੋਈ ਲੜਾਈ ਕਦੀ ਨਹੀਂ ਹੋਈ। ਮਾਲਦੀਪ ਮੁਸਲਮਾਨਾਂ ਦਾ ਇੱਕ ਖੂਬਸੂਰਤ ਮੁਲਕ ਹੈ, ਉੱਥੇ ਜਾ ਕੇ ਪੁੱਛੋ, ਕਦੀ ਕੋਈ ਲੜਾਈ ਨਹੀਂ ਹੋਈ। ਅਤੇ ਕਹਿਣ ਦਾ ਮਕਸਦ ਮੇਰਾ ਇਹ ਹੈ, ਇਹ ਜਿਹੜਾ ਇਨਕਲਾਬੀ ਪੈਗਾਮ ਹਜ਼ਰਤ ਮੁਹੰਮਦ ਸਾਹਿਬ ਨੇ ਦਿੱਤਾ ਕਿਹੜਾ, ਕਿ ਇਨਸਾਨਾਂ ਦੇ ਵਿੱਚ ਬਰਾਬਰੀ ਲੈ ਕੇ ਆਉਣੀ, ਇਹ ਦੋ ਗੱਲਾਂ ਐਸੀਆਂ ਸੀਗੀਆਂ ਕਿ ਇਸਲਾਮ ਫਿਰ ਪੂਰੀ ਦੁਨੀਆ ਦੇ ਵਿੱਚ ਅੱਗੇ ਵਧਣਾ। ਕਿਉਂ ਜਿੱਥੇ ਜਿੱਥੇ ਮੁਸਲਮਾਨ ਗਏ ਉਹਨੇ ਕਹੇ ਖੁਦਾ ਦੀ ਇਬਾਦਤ ਕਰੋ, ਕਹਿੰਦੇ ਉਹਦੇ ਨਾਲ ਫਾਇਦਾ ਕੀ ਹੋਏਗਾ? ਕਹਿੰਦਾ ਫਾਇਦਾ ਉਹ ਹੋਏਗਾ ਕਿ ਅਸੀਂ ਤੇ ਤੁਸੀਂ ਭਰਾ ਬਣ ਜਾਵਾਂਗੇ। ਜਦ ਇਹ ਗੱਲ ਹਰ ਜਗ੍ਹਾ ਰੱਖੀ ਗਈ ਕਿ ਅਸੀਂ ਤੁਸੀਂ ਭਰਾ ਬਣ ਜਾਣਾ, ਉਹਨਾਂ ਨੇ ਕਿਸੇ ਨੇ ਕਿਹਾ ਜੀ ਅਸੀਂ ਕਾਲੇ ਹਾਂ, ਕਿਸੇ ਨੇ ਕਿਹਾ ਜੀ ਅਸੀਂ ਤਾਂ ਬਹੁਤ ਨੀਵੀਂ ਜ਼ਾਤ ਦੇ ਹਾਂ, ਕਿਸੇ ਨੇ ਕਿਹਾ ਜੀ ਸਾਨੂੰ ਤਾਂ ਅੰਦਰ ਨਹੀਂ ਵੜਨ ਦਿੰਦੇ ਮੱਕੇ ਦੀ ਮਸਜਿਦ ਦੇ। ਮੁਹੰਮਦ ਰਸੂਲਲਾ ਨੇ ਜਿਸ ਦਿਨ ਮੱਕੇ ਦੀ ਮਸਜਿਦ 'ਚ ਦਾਖਲ ਹੋਏ ਅਤੇ ਬੜੇ ਬੜੇ ਸ਼ਹਿਜ਼ਾਦੇ ਉਹਨਾਂ ਦੇ ਨਾਲ ਸੀਗੇ, ਹਜ਼ਰਤ ਅਬੂ ਬਕਰ, ਹਜ਼ਰਤ ਉਮਰ, ਹਜ਼ਰਤ ਅਲੀ ਔਰ ਹਜ਼ਰਤ ਉਸਮਾਨ, 4 ਮੁਸਲਮਾਨਾਂ ਦੇ ਬੜੇ ਕਰੀਬ ਆ। ਉਹਨਾਂ ਲੋਕਾਂ ਦੀ ਮੌਜੂਦਗੀ 'ਚ ਫਰਮਾਇਆ ਬਿਲਾਲ ਨੂੰ ਬੁਲਾਓ। ਬਿਲਾਲ ਕੌਣ ਨੇ? ਬਿਲਾਲ ਇੱਕ ਗੁਲਾਮ ਹੈ, ਬਿਲਾਲ ਕਾਲਾ ਹੈ, ਬਿਲਾਲ ਹਬਸ਼ੀ ਹੈ, ਮੋਟੇ ਮੋਟੇ ਬੁੱਲ ਨੇ, ਕੰਧੇ ਕੱਪੜੇ ਪਾਏ ਹੈ, ਉਹ ਵੀ ਫਟੇ ਹੋਏ ਥਾਂ ਥਾਂ ਤੋਂ। ਅਤੇ ਜਦ ਉਹ ਆ ਗਏ ਬਿਲਾਲ, ਫਰਮਾਇਆ ਬਿਲਾਲ ਅੱਜ ਮੱਕੇ ਦੀ ਮਸਜਿਦ 'ਚ ਖੜ ਕੇ ਅਗਰ ਤੁਸੀਂ ਅਜ਼ਾਨ ਦੇਗਾ ਤਾਂ ਤੁਸੀਂ ਲੈ,
ਲੋਕੀ ਵੀ ਬੜੇ ਹੈਰਾਨ, ਫਰਮਾਇਆ ਨਹੀਂ ਅੱਜ ਹੀ ਤਾਂ ਦੁਨੀਆਂ ਨੂੰ ਦੱਸਣਾ ਹੈ, ਹੁਣ ਹੀ ਤਾਂ ਸਮਾਂ ਹੈ ਦੱਸਣ ਦਾ ਕਿ ਅਸੀਂ ਇਨਸਾਨਾਂ 'ਚ ਬਰਾਬਰੀ ਲੈ ਕੇ ਆ ਰਹੇ, ਅਸੀਂ ਸਮਾਜ 'ਚ ਛੂਆਛੂਤ ਨੂੰ ਖਤਮ ਕਰਨਾ। ਜਿਹੜਾ ਪਿਆਲਾ ਦੁੱਧ ਦਾ ਭਰਿਆ ਬਿਲਾਲ ਨੂੰ ਪਿਲਾਇਆ, ਖੁਦ ਆਪ ਵੀ ਪੀਤਾ, ਲੋਕਾਂ ਨੂੰ ਕਿਹਾ ਵੀ ਜਿਹੜੇ ਕਰਾਮਤਾਂ ਦਿਖਾਉਣ ਉਹ ਗੁਰੂ ਨਹੀਂ ਜਲਦੀ ਬਣਦੇ, ਜਿਹੜੇ ਇਨਸਾਨਾਂ ਦੇ ਨਾਲ ਸਾਂਝ ਪਾਉਣ ਉਹੀ ਅੱਗੇ ਆਪਣਾ ਕਰਨ। ਅਤੇ ਇਸਲਾਮ ਜਿਹੜਾ ਛੋਟਾ ਜਿਹਾ ਮਜ਼ਹਬ ਉੱਥੋਂ ਤੁਰਿਆ ਇਹਨਾਂ ਆਪਣਾ ਮੱਕਾ ਸ਼ਰੀਫ ਦੀ ਧਰਤੀ ਤੋਂ, ਅਤੇ ਅੱਜ ਪੂਰੀ ਦੁਨੀਆ 'ਚ ਤੁਸੀਂ ਇਹ ਦੇਖ ਲਓ ਕਿ ਜਿਸ ਮਰਜ਼ੀ ਦੇਸ਼ 'ਚ ਜਾਓਗੇ ਉੱਥੇ ਥੋੜ੍ਹੇ ਜਿਹੇ ਜਾਂ ਜ਼ਿਆਦਾ ਤੁਹਾਨੂੰ ਮੁਹੰਮਦ ਰਸੂਲਾਂ ਦੇ ਮੰਨਣ ਵਾਲੇ ਲੋਕ ਮਿਲਣ। ਉਹਦੀ ਬੁਨਿਆਦੀ ਵਜ੍ਹਾ ਬਸ ਦੋ ਹੀ, ਇਸਲਾਮ ਦੀ ਮੁੱਢਲੀ ਸਿੱਖਿਆ ਦੋ ਸੀ ਕਿ ਇਬਾਦਤ ਹੀ ਖੁਦਾ ਦੀ ਕੀਤੀ ਜਾਵੇ, ਉਹਦੇ ਤੋਂ ਹੀ ਨਫੇ ਨੁਕਸਾਨ ਦਾ ਦਿਲ 'ਚ ਯਕੀਨ ਕਿ ਵੀ ਨਫੇ ਔਰ ਨੁਕਸਾਨ ਦਾ ਮਾਲਿਕ ਹੀ ਖੁਦਾ। ਦੂਸਰਾ ਆਪਸ 'ਚ ਸਾਂਝ ਪਾਈ ਜਾਏ, ਜਿੱਦਾਂ ਮੁਸਲਮਾਨਾਂ ਦੇ ਘਰਾਂ 'ਚ ਤੁਸੀਂ ਅੱਜ ਵੀ ਜਾਓਗੇ ਅਤੇ ਸਾਡੇ ਕੀ, ਅਗਰ ਕਿਸੇ ਨੇ ਡਰਾਈਵਰ ਦੇ ਲਈ, ਘਰ ਦੇ ਮੁਲਾਜ਼ਮ ਲਈ, ਖੇਤ ਮਜ਼ਦੂਰ ਲਈ ਜੇ ਅਲੱਗ ਗਲਾਸ ਲਾ ਲਿਆ ਜਾਂ ਭਾਂਡੇ ਰੱਖ ਲਏ ਤਾਂ ਉਹ ਸਾਰੇ ਮੁਸਲਮਾਨ ਉਹਨੂੰ ਕਹਿਣਗੇ ਵੀ ਹੁਣ ਤੂੰ ਮੁਸਲਮਾਨ ਨਹੀਂ। ਜਿਹੜਾ ਬੰਦਾ ਜੀਵ ਜਿੰਨੇ ਹੈ ਦੁਨੀਆਂ, ਜਿਹੜੇ ਜੀਵ ਪੈਦਾ ਹੋਏ, ਜੀਵ ਜੰਤੂ ਜਿੰਨੇ ਵੀ ਹੈ, ਉਹਨਾਂ ਜੀਵਾਂ 'ਚੋਂ ਸਭ ਤੋਂ ਬੜਾ ਜੀਵ ਇਨਸਾਨ। ਕੁਰਾਨ ਨੇ ਕਿਹਾ ਇਹ ਅਸ਼ਰਫੁਲ ਮਖਲੂਕਾਤ ਹੈ, ਯਾਨੀ ਜਿਹੜੀਆਂ ਮਖਲੂਕਾਂ ਨੇ ਉਹਨਾਂ 'ਚੋਂ ਸਭ ਤੋਂ ਵਧੀਆ ਮਖਲੂਕ ਜਿਹੜੀ ਉਹ ਇਨਸਾਨ। ਅਤੇ ਖੁਦਾ ਨੇ ਕਿਹਾ ਵੀ ਇਨਸਾਨ ਤਾਂ ਮੇਰਾ ਖੁੰਬ ਹੈ। ਹੁਣ ਇੱਕ ਬੰਦਾ ਕਹਿੰਦਾ ਹੋਵੇ ਕਿ ਮੈਂ ਖੁਦਾ ਨੂੰ ਮੰਨਦਾ ਅਤੇ ਉਹ ਖੁਦਾ ਦੇ ਖੁੰਬੇ ਦੇ ਕਿਸੇ ਬੰਦੇ ਨਾਲ ਨਫ਼ਰਤ ਕਰਦਾ ਹੋਇਆ ਧਰਮ ਦੇ ਆਧਾਰ 'ਤੇ ਜਾਂ ਉਹਦੀ ਜ਼ਾਤ ਦੇ ਆਧਾਰ 'ਤੇ ਜਾਂ ਉਹਦੀ ਬਰਾਦਰੀ ਦੇ ਆਧਾਰ 'ਤੇ, ਅਤੇ ਇਹਦਾ ਮਤਲਬ ਉਹ ਧਰਮੀ ਨਹੀਂ, ਉਹ ਬੰਦਾ ਧਰਮੀ ਨਹੀਂ ਹੋ। ਇਸ ਲਈ ਹਮੇਸ਼ਾ ਸਾਨੂੰ ਇਸ ਗੱਲ ਨੂੰ ਨੋਟ ਰੱਖਣਾ ਕਿ ਧਰਮੀ ਬੰਦਾ, ਹਜ਼ਰਤ ਮੁਹੰਮਦ ਸਾਹਿਬ ਨੇ ਜਦੋਂ ਇਸਲਾਮ ਦੀ ਸ਼ੁਰੂਆਤ ਕੀਤੀ, ਸਈਦਨਾ ਬਿਲਾਲ, ਸਈਦਨਾ ਉਸਾਮਾ, ਜਿੰਨੇ ਉਹਨਾਂ ਦੇ ਸਹਾਬੀ ਗੁਜ਼ਰੇ ਨੇ, ਜਿਹੜੇ ਪਿੰਡਾਂ ਦੇ ਬੱਦੂ ਵੀ ਗੁਜ਼ਰੇ ਨੇ, ਉਹ ਸਾਰੇ ਲੋਕ ਉਸ ਵੇਲੇ ਦੇ ਜਿਹੜੇ ਬੜੇ ਬੜੇ ਮੱਕੇ ਦੇ ਸਰਦਾਰ ਸੀ, ਉਹ ਕਹਿੰਦੇ ਸੀ ਵੀ ਇਹ ਤਾਂ ਇਸ ਕਾਬਲ ਨਹੀਂ ਹੈ ਕਿ ਮੱਕੇ ਦੀ ਮਸਜਿਦ 'ਚ ਅੰਦਰ ਆਉਣ। ਅਤੇ ਮੁਹੰਮਦ ਰਸੂਲਾਂ ਨੇ ਉਹਨਾਂ ਨੂੰ ਛਾਤੀ ਨਾਲ ਆਇਆ, ਫਰਮਾਇਆ ਨਹੀਂ, ਅਸੀਂ ਤਾਂ ਇਕੱਠੇ ਹੀ ਨਮਾਜ਼ ਪੜ੍ਹਨੀ ਹੈ, ਇੱਕੋ ਹੀ ਸਫ਼ ਦੇ ਵਿੱਚ ਖੜ੍ਹੇ ਹੋ, ਬਾਦਸ਼ਾਹ ਵੀ ਇੱਥੇ ਖੜ੍ਹੇ ਹੋਣਗੇ ਅਤੇ ਫਕੀਰ ਵੀ ਇੱਥੇ ਖੜ੍ਹੇ ਹੋਣਗੇ, ਪ੍ਰੋਟੋਕੋਲ ਕੋਈ ਨਹੀਂ ਹੋ। ਅੱਜ ਵੀ ਤੁਸੀਂ ਅਗਰ ਮੱਕੇ ਦੀ ਮਸਜਿਦ ਦੀ ਹਾਲਾਤ ਮਾਲੂਮ ਕਰੋ ਅਤੇ ਜਿਹੜਾ ਮੱਕੇ ਦੀ ਬੜੀ ਮਸਜਿਦ ਹੈ ਉੱਥੇ ਤਕਰੀਬਨ ਇੱਕ ਨਮਾਜ਼ 'ਚ 20 ਲੱਖ ਲੋਕ ਹੁੰਦੇ ਨੇ, ਉਹਦੇ 'ਚ ਪਤਾ ਨਹੀਂ ਕਿੰਨੇ ਬਾਦਸ਼ਾਹ, ਕਿੰਨੇ ਗਵਰਨਰ, ਕਿੰਨੇ ਮੁਲਕਾਂ ਦੇ ਸਰਬਰਾਹ ਆਉਂਦੇ ਹੋਣਗੇ। ਲੇਕਿਨ ਜਿਹੜਾ ਮੁਹੰਮਦ ਰਸੂਲਾਂ ਦਾ ਪ੍ਰੋਟੋਕੋਲ ਦਾ ਹੁਕਮ ਹੈ ਉਹ 20 ਕਿਲੋਮੀਟਰ ਪਹਿਲਾਂ ਹੀ ਸ਼ੁਰੂ ਹੋ ਜਾਏ ਕਿ ਆਪਣੇ ਕੱਪੜੇ ਲਾ ਕੇ ਚਿੱਟੀਆਂ ਚਾਦਰਾਂ ਇੱਕ ਉੱਤੇ ਬੰਨ ਲਓ, ਇੱਕ ਨੀਚੇ ਬੰਨ ਲਓ, ਤਾਂ ਕਿ ਜਦੋਂ ਮੇਰੇ ਘਰ 'ਚ ਪਹੁੰਚੋ ਉੱਥੇ ਇਹ ਨਾ ਪਤਾ ਲੱਗੇ ਤੁਹਾਡੇ 'ਚ ਚੌਧਰੀ ਕਿਹੜਾ, ਅਮੀਰ ਕਿਹੜਾ ਅਤੇ ਗਰੀਬ ਕਿਹੜਾ। ਔਰ ਬਰਾਬਰ ਨਮਾਜ਼ ਪੜ੍ਹੀ, ਜਿਹੜਾ ਜਿੰਨੀ ਦੇਰ ਨਾਲ ਆਏਗਾ ਉਹ ਓਨੀ ਪਿੱਛੇ ਹੋਏ, ਬਾਅਦ 'ਚੋਂ ਆਉਣ ਵਾਲੇ ਨੂੰ ਕੋਈ ਇਖਤਿਆਰ ਨਹੀਂ ਹੈ ਕਿ ਅੱਗੇ ਆਉਣ ਵਾਲੇ ਨੂੰ ਕਿਸ ਨੂੰ ਉਠਾ ਕੇ ਬੋਲੇ ਜੀ ਮੈਂ ਇਮਾਮ ਸਾਹਿਬ ਦੇ ਪਿੱਛੇ ਖੜ੍ਹਨਾ, ਕਿਉਂਕਿ ਪਿੱਛੇ ਹੋ ਜਾਣਾ। ਇਸਲਾਮ ਇਸ ਗੱਲ ਦਾ ਪਾਬੰਦ ਹੈ ਸ਼ੁਰੂ ਤੋਂ ਲੈ ਕੇ ਅੱਜ ਤੱਕ ਹਮੇਸ਼ਾ ਸਖਤੀ ਦੇ ਨਾਲ ਕਿ ਪ੍ਰੋਟੋਕੋਲ ਨਾਂ ਦੀ ਜਿਹੜੀ ਚੀਜ਼ ਹੈ ਉਹ ਇਨਸਾਨਾਂ 'ਚੋਂ ਖਤਮ ਹੋਣੀ ਚਾਹੀਦੀ। ਇਨਸਾਨਾਂ ਦੇ ਵਿੱਚ ਅਸੀਂ ਬਰਾਬਰੀ ਲੈ ਕੇ ਆਵਾਂਗੇ ਅਤੇ ਜ਼ਾਹਿਰ ਜੀ ਗੱਲ ਹੈ ਇਨਸਾਨ ਤੁਹਾਡੇ ਨਾਲ ਮੁਹੱਬਤ ਕਰਨਗੇ। ਫਿਰ ਮੁਹੰਮਦ ਰਸੂਲਾਂ ਨੇ ਕਿਹਾ ਵੀ ਤੁਸੀਂ ਇਬਾਦਤ ਕਿਹਨੂੰ ਕਹਿੰਦੇ? ਉਹਨਾਂ ਹੁਕਮ ਫਰਮਾਇਆ ਕਿ ਜੇ ਕਿਸੇ ਦੀ ਮਾਂ ਉਹਦੇ ਤੋਂ ਨਾਰਾਜ਼ ਹੈ ਨਾ ਜੀ, ਮਾਂ ਜੇ ਨਾਰਾਜ਼ ਹੈ ਫਿਰ ਨਮਾਜ਼ ਨਹੀਂ ਹੁੰਦੀ, ਜੇ ਬਾਪ ਨੂੰ ਮਾੜਾ ਬੋਲਦਾ ਫਿਰ ਵੀ ਨਮਾਜ਼ ਨਹੀਂ ਹੁੰਦੀ। ਫਰਮਾਇਆ ਨਮਾਜ਼ ਉਹ ਹੈ ਜਿਹੜੀ ਤੁਹਾਨੂੰ ਬੁਰਾਈਆਂ ਤੋਂ ਰੋਕਦੀ ਹੈ। ਜੇ ਤੁਸੀਂ ਗੁਆਂਢੀ ਦੇ ਲਈ ਬਦਦੁਆ ਕਰਦੇ ਹੋ ਦਿਲ 'ਚੋਂ ਫਿਰ ਤੁਹਾਡੀ ਨਮਾਜ਼ ਨਹੀਂ ਹੁੰਦੀ। ਜੇ ਤੁਸੀਂ ਸਕੇ ਭਰਾ ਦੀ ਪਿੱਠ ਲਵਾਉਣਾ ਚਾਹੁੰਦੇ ਹੋ, ਭੈਣ ਦੇ ਨਾਲ ਦੁਸ਼ਮਣੀ ਤੁਹਾਡੀ ਹੈ, ਵੀ ਸ਼ਰੀਕਿਆਂ ਦਾ ਤੁਸੀਂ ਦਿਲ 'ਚ ਸੋਚਦੇ ਹੋ ਵੀ ਮੇਰੇ ਸ਼ਰੀਕਿਆਂ ਦਾ ਬੇੜਾ ਗਰਕ ਹੋ ਜਾਏ, ਪਰ ਮੈਂ ਹੁਣ ਨਮਾਜ਼ ਨਹੀਂ। ਨਮਾਜ਼ ਦੇ ਲਈ ਪਾਬੰਦੀ ਦਿੱਤੀ ਗਈ ਇਸ ਗੱਲ ਦੀ ਕਿ ਸਭ ਤੋਂ ਪਹਿਲਾਂ ਦਿਲ ਨੂੰ ਪਾਕ ਕੀਤਾ ਜਾਵੇ ਇਨਸਾਨਾਂ ਦੀ ਨਫ਼ਰਤ। ਉਹ ਸਜਦਾ ਨਹੀਂ ਹੈ ਜਿਸ ਸਜਦੇ ਦੇ ਵਿੱਚ ਨਫ਼ਰਤ ਸ਼ਾਮਿਲ। ਇਸ ਲਈ ਤਾਂਹੀਓ ਕਿਹਾ ਗਿਆ ਕਿ ਨਮਾਜ਼ ਜਿਹੜੀ ਹੈ ਉਹ ਬੁਰਾਈਆਂ ਤੋਂ ਮੁਸਲਮਾਨ ਦੇ ਲਈ ਢਾਲ ਹੈ। ਪਰ ਮੈਂ ਜੇ ਨਮਾਜ਼ ਪੜ੍ਹਦਾ ਫਿਰ ਝੂਠ ਕਿੱਦਾਂ ਬੋਲ, ਅਗਰ ਝੂਠ ਵੀ ਬੋਲ ਰਿਹਾ ਅਤੇ ਨਮਾਜ਼ ਵੀ ਪੜ੍ਹ ਰਿਹਾ ਇਹਦਾ ਮਤਲਬ ਨਮਾਜ਼ ਹੋਈ ਨਹੀਂ, ਉਹ ਉਹਨੂੰ ਗਲਤ ਫਹਿਮੀ, ਭੁਲੇਖਾ ਹੋ ਗਿਆ ਉਹਨੂੰ ਤਾਂ ਸ਼ਾਇਦ ਨਮਾਜ਼ ਹੋ ਰਹੀ। ਇਸਲਾਮ ਨੇ ਇਹ ਮੁੱਢਲੀ ਗੱਲ ਜਿਹੜੀ ਹੈ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਮਸਜਿਦ ਦੇ ਵਿੱਚ 5 ਵਜੇ ਨਮਾਜ਼ ਕਿਉਂ ਪੜ੍ਹਦੇ? ਸਾਡੀ ਇੱਕ ਨਮਾਜ਼ ਹੁੰਦੀ ਉਹਨੂੰ ਕਹਿੰਦੇ ਤਹੱਜੁਦ ਦੀ ਨਮਾਜ਼। ਤਹੱਜੁਦ ਇੱਕ ਸ਼ਬਦ ਹੈ ਅਰਬੀ ਦਾ। ਤਹੱਜੁਦ ਦੀ ਜਿਹੜੀ ਨਮਾਜ਼ ਹੈ ਇਹ ਰਾਤ ਨੂੰ ਹੁੰਦੀ,
ਜਦੋਂ ਰਾਤ ਆਪਣੇ ਪਹਿਲੇ ਪਹਿਰ 'ਚ ਦਾਖਲ ਹੁੰਦੀ, ਸਮਝੋ ਡੇਢ ਦੋ ਵਜੇ, ਰਸੂਲੁੱਲਾ ਦਾ ਹੁਕਮ ਹੈ ਹਜ਼ਰਤ ਮੁਹੰਮਦ ਸਾਹਿਬ ਦਾ, ਜਦੋਂ ਤਹਜੁਦ ਦੀ ਨਮਾਜ਼ ਪੜ੍ਹੀ ਜਾਵੇ ਲੁੱਕ ਕੇ ਪੜ੍ਹਨੀ, ਮਤਲਬ ਘਰ 'ਚੋਂ ਚੁੱਪ ਚਾਪ ਉੱਠੋ, ਰੌਲਾ ਨਾ ਪਾਓ, ਖੜਕਾ ਨਾ ਕਰੋ, ਵਜ਼ੂ ਕਰੋ। ਵਜ਼ੂ ਕਰਨਾ ਅਸੀਂ ਕਹਿੰਦੇ ਹਾਂ ਮੂੰਹ ਹੱਥ ਧੋਣਾ, ਵਜ਼ੂ ਕਰੋ ਅਤੇ ਵਜ਼ੂ ਕਰਨ ਤੋਂ ਬਾਅਦ ਆਪਣੇ ਰੱਬ ਦੇ ਅੱਗੇ ਖੜ੍ਹੇ ਹੋ ਜਾਓ ਨਮਾਜ਼ ਪੜ੍ਹ। ਅਤੇ ਫਿਰ ਅਸੀਂ ਪੁੱਛਦੇ ਹਾਂ ਵੀ ਪੰਜ ਨਮਾਜ਼ਾਂ ਤੁਸੀਂ ਮਸਜਿਦ 'ਚ ਪੜ੍ਹਨ ਦਾ ਹੁਕਮ ਦੇ ਦਿੱਤਾ, ਜਦਕਿ ਮਸਜਿਦ 'ਚ ਕਹਿੰਦੇ ਹੋ ਅਜ਼ਾਨ ਗਾਓ ਬਹੁਤ ਜ਼ੋਰ ਦੀ, ਅਜ਼ਾਨ ਦੇ ਕੇ ਨਮਾਜ਼ ਪੜ੍ਹੋ, ਇਹ ਕਿਉਂ? ਅਤੇ ਅਗਰ ਮਸਜਿਦ ਦਾ ਹੁਕਮ ਪੁੱਛਦੇ ਹਾਂ ਤਾਂ ਰਸੂਲੁੱਲਾ ਨੇ ਫਰਮਾਇਆ ਕਿ ਮਸਜਿਦ ਤਾਂ ਬਣਾਉਂਦੇ ਤਾਂ ਕਿ ਜਿਸ ਇਲਾਕੇ ਦੇ ਲੋਕ ਨੇ ਇਹ ਪੰਜ ਵੇਲੇ ਇੱਕ ਜਗ੍ਹਾ ਇਕੱਠੇ ਹੋਣ, ਫਰਮਾਇਆ ਮੋਢੇ ਨਾਲ ਮੋਢਾ ਲਾ ਕੇ ਨਮਾਜ਼ ਪੜ੍ਹੋ। ਯਾ ਰਸੂਲੁੱਲਾ ਮੋਢੇ ਨਾਲ ਮੋਢਾ ਜੋੜ ਲਈਏ ਕਿਉਂ? ਫਰਮਾਇਆ ਤਾਂ ਕਿ ਦਿਲਾਂ ਨਾਲ ਦਿਲ ਜੁੜ ਜਾਣ। ਲੋਕ ਇੱਕ ਦੂਜੇ ਨਾਲ ਜੁੜਦੇ ਨਹੀਂ ਨਾ, ਘਸਲੈਣ ਆਉਂਦੀ ਹੈ। ਫਰਮਾਇਆ ਜਾਤੀ ਤੁਸੀਂ ਇਹੀ ਸੋਚੀ ਜਾਓਗੇ ਇੱਕ ਦੂਜੇ ਤੋਂ ਘਸਲੈਣ ਆਉਂਦੀ ਹੈ, ਦਿਲ ਨਹੀਂ ਜੁੜਨਾ, ਮੋਢੇ ਨਾਲ ਮੋਢਾ ਜੋੜ ਕੇ ਨਮਾਜ਼ ਪੜ੍ਹਨੀ। ਕਿਉਂ? ਤਾਂ ਕਿ ਦਿਲ ਜੁੜ ਜਾਣ। ਯਾ ਰਸੂਲੁੱਲਾ ਦਿਲ ਜੁੜ ਜਾਣਗੇ ਤਾਂ ਫਾਇਦਾ ਕੀ ਹੋਏਗਾ? ਹੁਣ ਮੈਂ ਪੰਜ ਵੇਲੇ ਜਦ ਮਸਜਿਦ 'ਚ ਨਮਾਜ਼ ਪੜ੍ਹੋਗੇ ਨਾ, ਤਾਂ ਕੋਈ ਇਹਨਾਂ 'ਚੋਂ ਇੱਕ ਬੰਦਾ ਗਾਇਬ ਹੋ ਜਾਏਗਾ, ਗੈਰ ਹਾਜ਼ਰ ਹੋ ਜਾਏਗਾ ਸਵੇਰ ਦੀ ਨਮਾਜ਼ 'ਚ, ਦੁਪਹਿਰ ਦੀ, ਸ਼ਾਮ ਦੀ, ਸੂਰਜ ਡੁੱਬਣ ਵਾਲੀ ਨਮਾਜ਼ 'ਚ। ਅਤੇ ਫਰਮਾਇਆ ਫਿਰ ਰਾਤ ਵਾਲੀ ਨਮਾਜ਼ 'ਚ ਬਾਕੀਆਂ ਨੂੰ ਚਿੰਤਾ ਹੋਏਗੀ ਕਿ ਵੀ ਅੱਜ ਫਲਾਨਾ ਦੋਸਤ ਨਹੀਂ ਆਇਆ, ਫਿਰ ਉਹਦੇ ਘਰ ਜਾਣਗੇ, ਪਰੇਸ਼ਾਨ ਹੋਊਗਾ ਅਤੇ ਪਰੇਸ਼ਾਨੀ 'ਚ ਉਹਦਾ ਦੁੱਖ ਦਰਦ ਵਟਾਉਣਗੇ, ਬਿਮਾਰ ਹੋਊਗਾ ਤਾਂ ਉਹਨੂੰ ਦਵਾ ਬੂਟੀ ਲਿਆ ਕੇ ਦੇਣਗੇ। ਫਰਮਾਇਆ ਅਸੀਂ ਨਮਾਜ਼ ਤਾਂ ਇਕੱਠੇ ਪੜ੍ਹਾਉਂਦੇ ਪਏ ਤੁਹਾਨੂੰ ਤਾਂ ਕਿ ਇੱਕ ਮਜ਼ਬੂਤ ਸਮਾਜਿਕ ਰਿਸ਼ਤਾ ਜਿਹੜਾ ਹੈ ਉਹ ਆਪਸ ਦੇ ਵਿੱਚ ਪਏ। ਨਮਾਜ਼ ਮਸਜਿਦ 'ਚ ਪੜ੍ਹਨ ਦਾ ਮਤਲਬ ਇਹ ਨਹੀਂ ਹੈ ਕਿ ਬਹੁਤ ਸਾਰੇ ਲੋਕ ਇਕੱਠੇ ਹੋਣ ਸਜਦਾ ਕਰਨ, ਉਸ ਇਬਾਦਤ ਦਾ ਮਕਸਦ ਇਹ ਹੈ ਵੀ ਖੁਦਾ ਨੂੰ ਰਾਜ਼ੀ ਕਰਨ ਦੇ ਨਾਲ ਇੱਕ ਅੱਛਾ ਸਮਾਜ ਪੈਦਾ ਹੋਵੇ ਜਿਹ 'ਚ ਨਫ਼ਰਤ ਨਾ ਹੋਵੇ, ਜਿਹ 'ਚ ਬਰਾਦਰੀਆਂ ਦੇ ਨਾਮ 'ਤੇ ਵੰਡ ਨਾ ਹੋਵੇ, ਜਿਹ 'ਚ ਗੋਰੇ ਔਰ ਕੋਲੇ ਦੇ ਨਾਂ 'ਤੇ ਊਚ ਨੀਚ ਨਾ ਹੋਵੇ। ਇਹ ਜਦ ਸਮਾਜਿਕ ਰਿਸ਼ਤਾ ਮਜ਼ਬੂਤ ਹੋਏਗਾ ਅਤੇ ਤੁਹਾਡਾ ਇਲਾਕਾ, ਤੁਹਾਡਾ ਮੁਹੱਲਾ ਜਿਹੜਾ ਉਸ ਲੋਕਾਂ 'ਚ ਲੜਾਈਆਂ ਘੱਟ ਹੋਣਗੀਆਂ। ਇਸ ਲਈ ਫਰਮਾਇਆ ਵੀ ਅਸੀਂ ਚਾਹੁੰਦੇ ਪੰਜ ਵੇਲੇ ਨਮਾਜ਼ ਮਸਜਿਦ 'ਚ ਪੜ੍ਹੋ, ਮਸਜਿਦ ਤੱਕ ਕੋਈ ਆ ਜਾਏ, ਕੋਈ ਭੁੱਖਾ ਆਏ, ਕੋਈ ਕੱਪੜੇ ਮੰਗਣ ਲਈ ਆਏ, ਕੋਈ ਜ਼ਰੂਰਤਮੰਦ ਆਏ। ਅਸੀਂ ਹਮੇਸ਼ਾ ਕਹਿੰਦੇ ਹੁੰਦੇ ਵੀ ਮਸਜਿਦ ਦਾ ਜਿਹੜਾ ਇਮਾਮ ਹੈ ਅਤੇ ਮੁਤਵੱਲੀ ਜਿਹਨੂੰ ਤੁਸੀਂ ਪ੍ਰਧਾਨ ਕਹਿੰਦੇ ਹੋ, ਅਗਰ ਇਮਾਮ ਨੂੰ ਅਤੇ ਮੁਤਵੱਲੀ ਨੂੰ ਇਹ ਨਹੀਂ ਪਤਾ ਜੀ ਮੁਹੱਲੇ 'ਚ ਬੇਵਾ ਕਿੰਨੀ ਹੈ, ਯਤੀਮ ਕਿੰਨੇ ਰਹਿੰਦੇ ਆ, ਅਤੇ ਫਿਰ ਉਹਨੂੰ ਕੋਈ ਇਖਤਿਆਰ ਨਹੀਂ ਹੈ ਕਿ ਉਹ ਖੁਦਾ ਦੇ ਘਰ ਦੀ ਇਮਾਮਤ ਨਹੀਂ। ਇਸਲਾਮ ਮੰਨਦਾ ਹੈ ਕਿ ਗਰੀਬ ਨੂੰ ਖਾਣਾ ਖਿਲਾਉਣਾ ਬੜੀ ਬਾਤ ਹੈ, ਲੇਕਿਨ ਕਹਿੰਦਾ ਐਡੀ ਵੱਡੀ ਨਹੀਂ ਹੈ। ਕੁਰਾਨ ਪਾਕ ਚੱਲਾ ਫਰਮਾਉਂਦੇ ਕੱਲਾ ਬੱਲਾ ਤੁਕਰੀਮੂਨ ਅਲ ਯਤੀਮ। ਮੁਹੰਮਦ ਰਸੂਲਲਾ ਨੇ ਕਿਹਾ ਕਿ ਜਦ ਕਿਸੇ ਯਤੀਮ ਦੀ, ਬੇਵਾ ਦੀ, ਮਸਕੀਨ ਦੀ ਮਦਦ ਕਰਨੀ ਹੈ, ਫਰਮਾਇਆ ਮੁਸਲਮਾਨੋ ਸੱਜੇ ਹੱਥ ਨਾਲ ਕਰਨੀ ਹੈ ਅਤੇ ਇਸ ਹੱਥ ਨੂੰ ਇੱਦਾਂ ਇਸਤੇਮਾਲ ਕਰਨਾ ਹੈ ਕਿ ਖੱਬੇ ਨੂੰ ਨਾ ਪਤਾ ਲੱਗੇ ਕਿ ਮਦਦ ਕੀਤੀ ਹੈ। ਕੁਰਾਨ ਨੇ ਕਿਹਾ ਕਿ ਰੋਟੀ ਖਿਲਾਉਣਾ ਬੜੀ ਬਾਤ ਨਹੀਂ, ਫਰਮਾਇਆ ਅੱਲ ਫਿਰ ਵੱਡੀ ਬਾਤ ਕਿਹੜੀ ਹੈ? ਰੋਟੀ ਤਾਂ ਕੁੱਤੇ ਨੂੰ ਵੀ ਰੋਜ਼ ਰੋਕ ਦੇ ਰਹੇ ਹੈ, ਘਰਾਂ ਦੇ ਬਾਹਰ ਕਟੋਰੇ ਲਾਏ ਹੈ ਅਤੇ ਜਾਨਵਰਾਂ ਲਈ ਅਸੀਂ ਕੁਛ ਨਾ ਕੁਛ ਛੁਪਾਉਂਦੇ ਹਾਂ ਤਾਂ ਕਿ ਉਹ ਕੁਛ ਖਾ ਲੈਣ। ਅਤੇ ਫਰਮਾਇਆ ਇਨਸਾਨ ਦੀ ਜ਼ਰੂਰਤ ਜਿਹੜੀ ਸਭ ਤੋਂ ਪਹਿਲੀ ਉਹ ਰੋਟੀ ਨਹੀਂ ਹੈ। ਅੱਛਾ, ਰੋਟੀ ਨਹੀਂ ਹੈ, ਕੀ ਹੈ ਇਨਸਾਨ ਦੀ ਜ਼ਰੂਰਤ? ਫਰਮਾਇਆ ਇਨਸਾਨ ਸਤਿਕਾਰ ਭਾਲਦਾ, ਇਨਸਾਨ ਇੱਜ਼ਤ ਭਾਲਦਾ ਹੈ। ਅਸੀਂ ਕਿਤੇ ਜਾਂਦੇ ਕੋਈ ਜੇ ਇੱਜ਼ਤ ਨਾਲ ਰੋਟੀ ਨਾ ਖਵਾਵੇ ਨਾਰਾਜ਼ ਨਹੀਂ ਹੋ ਜਾਂਦੇ ਕਿ ਯਾਰ ਤੂੰ ਤਾਂ ਇੱਜ਼ਤ ਨਾਲ ਦੋ ਫੁਲਕੇ ਵੀ ਨਾ ਖਵਾ ਸਕਿਆ, ਸਤਿਕਾਰ ਨਾ ਜਾਣ, ਫੁਲਕੇ ਤਾਂ ਕਿਤੇ ਵੀ ਖਾ ਸਕਦਾ। ਫਰਮਾਇਆ ਯਤੀਮ ਨੂੰ ਰੋਟੀ ਖਿਲਾਉਣਾ ਬੜੀ ਬਾਤ ਨਹੀਂ, ਯਤੀਮ ਨੂੰ ਆਪਣੇ ਬਰਾਬਰ ਸਮਝ ਕੇ, ਇਹ ਸਮਝ ਕੇ ਕਿ ਇਹ ਮੇਰਾ ਮਹਿਮਾਨ ਹੈ, ਜਿਸ ਤਰ੍ਹਾਂ ਫਿਰ ਮਹਿਮਾਨ ਦਾ ਸਤਿਕਾਰ ਕੀਤਾ ਜਾਂਦਾ, ਉਹਨੂੰ ਇੱਜ਼ਤ ਨਾਲ ਆਪਣੇ ਘਰ ਦੇ ਵਿੱਚ ਬਿਠਾ ਕੇ, ਇੱਜ਼ਤ ਦੇ ਨਾਲ ਉਹਦੇ ਸਾਹਮਣੇ ਖਾਣਾ ਲਾ ਕੇ, ਹੱਥ ਬੰਨ੍ਹ ਕੇ ਬੰਦਾ ਖੜ੍ਹਾ ਹੁੰਦਾ ਕਿ ਜਨਾਬ ਕੁਛ ਤਾਂ ਕੁਛ ਲਓ, ਤੁਸੀਂ ਸਾਡੇ ਘਰ ਆਏ ਹੋ। ਫਰਮਾਇਆ ਜਿਹੜੇ ਲੋਕ ਗਰੀਬ ਦੀ ਇੱਜ਼ਤ ਦਾ ਜਨਾਜ਼ਾ ਕੱਢ ਕੇ ਉਹਦੇ ਉੱਤੇ ਖੜ ਕੇ ਆਪਣੀ ਇੱਜ਼ਤ ਬਣਾਉਣਾ ਚਾਹੁੰਦੇ ਨੇ, ਇਹ ਤਾਂ ਜ਼ਾਲਮ ਨੇ, ਇਹੀ ਲੋਕ ਤਾਂ ਜ਼ਾਲਮ ਨੇ, ਇਹ ਦੇਖਣ ਨੂੰ ਧਰਮੀ ਲੱਗਦੇ ਆ। ਮੁਸਲਮਾਨਾਂ 'ਚ ਇਸ ਗੱਲ ਦੀ ਬੜੀ ਸਖ਼ਤ, ਜਿਹੜੇ ਇਮਾਮ ਨੇ ਉਹ ਵਾਰ ਵਾਰ ਗੱਲ ਕਰਦੇ ਰਹਿੰਦੇ ਨੇ ਇਸ ਬਾਰੇ। ਅਸੀਂ ਲੋਕ ਵੀ ਪੰਜਾਬ 'ਚ ਕੋਸ਼ਿਸ਼ ਇਹ ਕਰਦੇ ਹਾਂ ਕਿ ਜਿਹੜੇ ਚੈਰਿਟੀ ਦੇ ਕੰਮ ਮੁਸਲਮਾਨ ਕਰਦੇ ਨੇ ਵੀ ਉਹਨਾਂ ਦਾ ਪ੍ਰਚਾਰ ਨਾ, ਉਹਦੇ ਪ੍ਰਚਾਰ ਦਾ ਮਤਲਬ ਇਹ ਹੈ ਗਰੀਬ ਦਾ ਸਤਿਕਾਰ ਘੱਟ ਰਿਹਾ ਅਤੇ ਉਸ ਆਦਮੀ ਦਾ ਪ੍ਰਚਾਰ ਹੋ ਰਿਹਾ ਜਿਹਨੇ ਗਰੀਬ ਦੀ ਮਦਦ ਕੀਤੀ।
और अगर तुसी किसी की हत्या करके ही अपनी इज्जत कमाना चाहते हो तो फिर वो इज्जत नहीं है, खुदा की निगाह चो इज्जत, खुदा की निगाह चो ही इज्जत सी कि तुसी आटे का थैला भर के किसी बेवा के दरवाजे रख के कुंडी खड़का के भजे आते ताकि वो सोचती रहती भी कोई रब का बंदा मेरे घर दाने दे गया है, फिर वो थोड़े लिए दुआ मंगती तो रब तुम तो ज़्यादा दिता। लेकिन इतने तो लोग चाहते हैं कि आटे की थैली हो बेवा औरत लभ लीए, पाँच सत लीडर होन बिच उन्हू खड़ा लैन, फोटो खिंचाइया जान फिर अखबारों से दतिया जान। उन्होंने मैं अक्सर पूछता हूँ मैं कि उस बेवा की जगह अपनी माँ भैन खड़ी हो, फिर जेदे से तुम एहसान कर रहे हो इन्ने लोग मिल के वो जगह अगर असी हो फिर गवारा नहीं करोगे, फिर तुम कहोगे बेइज्जती हो। इसी गल मुहम्मद रसूल ने बार बार किया कि यतीम गरीब मिसकीन बेवा दा सत्कार करना है। सत्कार किदा करना या रसूल अल्लाह, फरमाया चुप करके देना, जो देना रौला नहीं पाना, रौला नहीं पाना। देने वाले नूं तां बार बार कहा दो, लेकिन अपने जिन्हें सहाबी सी उन्हां जो किसी नूं नहीं कहा कि मंगो। एक सहाबी एक दिन पहुंचे, फरमाया या रसूल अल्लाह घर च कुछ भी नहीं, हुण दाणे भी मुक गए, मेरी मदद करो। फरमाया मदद इदां नहीं हुंदी, हाथ फैला के मदद नहीं मंगी जाती, है कि घर च कहना बस दो कटोरा है एक अच्छा। पर मैं ले आओ मस्जिद नबी कटोरा लिया गया, वो बोली लवाई, बोली लवा के जो पैसे आए पर मैं कुल्हाड़ी खरीद के लिया, अपने हथी दस्ती ला के दी उन्हें। पर मैं रोजाना लकड़ियाँ कट जंगल चो मंडी लिया के बेच, खुद भी खा तो दूसरे को भी खवाओ। फरमाया कि मंगना चंगी गल नहीं, लेकिन देने वाले को फरमाया कि जिन्हें देना है उन्हों का सत्कार करना। असल इज्जतदार वो है जो ले रहा है, देने वाले का कोई कमाल नहीं, उनका रब ने दिता ता आके दे। इस्लाम ने पाबंदी आयत की अपने मन वाले कि भी गरीब का सत्कार करना है, गरीब की इज्जत करनी, या रसूल अल्लाह किदा करनी, फरमाया उन्हें लुको के करनी, उन्होंने भी ना पता हो मेरी मदद कौन कर। साडा जिहड़ा समाज है अजकल खासकर साडे देश दे विच जिहड़ी नवी रीत चली है समूह धर्मां दे विच, चाहे वह मुसलमान हो चाहे सारे धर्मां दे लोग हो, असी लोग की समझते हैं कि किसी गरीब दे नूं फड़ के चार पांच ब्याह इकट्ठे करावांगे गरीबां दे, दो चार क्लब बनाने हैं, उहदा मकसद की है भी घट्टो घट्ट साडी फोटो तां छपे ना जी बोर्ड ते, घट्टो घट्ट लगे ये तां पता लग जाए ना कि भी असी कुछ कीता है। हुण जिहड़े लोग ये चाहते ने वह चाहते भी दुनिया जी सानू मिल जाए जो कुछ इहदा बदला मिल। इस्लाम ने इहदी निखेधी की ते बुनियादी गल्लां जिहड़ियां हैं, और एक गल होर क्योंकि तुसीं धर्मी लोग हो सारे गुरमत कॉलेज के विद्यार्थी हो, इस्लाम ने इब्तदा दे विच इबादत करने वाले ते जिथे पाबंदी लाई माँ बाप के सत्कार की, भाई भैणों के नाल सत्कार की, गुआढ़ियों नाल सत्कार की, और बड़ी गल ये भी दिल इन्हों तो पाक हो गए, ये तुहाडा माड़ा करी जान, तुसीं इन्हों का माड़ा नहीं कर सोचना ही नहीं माड़ा। उहदे नाल एक पाबंदी होर लाई, उहनूं असीं कहिंदे पाकी। बंदा जिहड़ा है इबादत करने वाला वह पाक होना चाहिए, जिहड़ा कि इमाम है जिहड़ा भी धर्मी बंदा है। हुण पाकी जिहड़ी है अलग अलग मजहबां दे लोकां ने उहदी अलग अलग व्याख्या कीती, उह कितना पाकी चाहिए। इस्लाम ने पाकी दे विच मुसलमानां ते एक पाबंदी आयत कीती, उह कहिंदे नहाओ भावें रोज़ भावें ना नहाओ, चाहे तुसीं रोज़ इशनान करो या ना करो, ये पाबंदी नहीं। इस गल की पाबंदी है कि जब तुम जाने हो बैतुल खला के लिए बाथरूम के लिए कि नपाकी के छिटे थोड़े कपड़े के पै रहे, अगर वो कपड़े के पै रहे तो यह मतलब हूँ तुम नापाक हो, हूँ ये कपड़े इस काबिल नहीं है कि इन्हों इबादत के लिए इस्तेमाल हो, इन्हों इन्ह कपड़े पा के मुकदस किताब में हाथ लगाए। बहुत सारे लोग जोड़े वो पाकी वाल ध्यान नहीं देंगे, पाकी जिहड़ी है इस्लाम ने कहा वो अद्धा ईमान है, मतलब रूह की गिज़ा है। तो जिहड़ा बंदा नपाक होएगा जो कपड़े पेशाब के छिट्टे पए हुए ने वह पाकी वाल ध्यान ही नहीं दे रहा, एक दफा सुबह इशनान कर लिया उसके बाद 24 घंटे अगले जिहड़ा वो कपड़े बार बार नपाक हो रहे हैं, तो यह मतलब जहन जिहड़ा है दिल जिहड़ा है उस हिसाब नाल उस दर्जे तक नहीं पहुँच रहा जिते पहुँचना चाहिए। इस्लाम ने पाबंदी आज की सारे मुसलमान उन्होंने हुक्म दिता कि 24 घंटे पाक रहो, अगर किसी मुसलमान के कपड़े के पेशाब के छिटे पै जाए पेशाब करने के दौरान
या वो पेशाब करने तो बाद पानी का इस्तेमाल नहीं कर रहे तो कुछ कतरे बाकी रह गए तो असी कहने भी ये बंदा हूँ नापाक हो गया हूँ नमाज नहीं पढ़ सकता जब तक इशनान करके कपड़े बदल के नहीं है। इस्लाम ने इब्तदा तो लैके अपने बच्चों तो लैके बुढ़िया तक ता जिंदगी इस गल का पाबंद किया कि जिते कि नमाज का टाइम हो जाए तो अभी यह उजर नहीं करना कि जी मैं तो नहाना सी अजे कपड़े बदलने से नहीं। इस्लाम ने कहा 24 घंटे पा करो पाकी में अपना सेवा बनाओ तो ताड़ा तन मन जिहड़ा तन पाक रहेगा तो मन के उत्ते भी उसका असर जरूर आएगा। कपड़ों जो भी मुहम्मद रसूल्ला ने सफेद कपड़िया बहुत महबूब समझे उन्होंने सुनत सी कपड़े सफेद पा जो लोग मुसलमाना असी रंगदार कपड़े जो इस्तेमाल करते हैं फर्क तो वह कोई नहीं है लेकिन आम अगर साइंटिफिक वे भी देखिए तो जिन्हें भी गूढ़े रंग असी अगर पूरे लिबास पाने तो बाद जहन के उत्ते साढ़े वजन पैदा इसलिए मुसलमान इमाम जेड़े उन्होंने पाबंद किया गया साढ़े उत्ते अक्सर कि भी तुम सफेद कपड़े का इस्तेमाल करो ताकि थोड़ी शख्सियत जी है वो थोड़ी खुली डुली रहे थोड़े जहन के उत्ते थोड़ा जहा दबाव ना। इस्लाम के दो तीन मुंडलियाँ गल्ला जीडिया तुम्हें दसियां पहली गल इबादत के लिए असं ये मानते हैं कि खुदा की इबादत की जाए समूह धर्मों का सत्कार के नाल सजदा जिहड़ा है वो खुदा के अगे किया जाए। दूसरा असी फाइनली ये मानते हैं कि हज़रत मुहम्मद साहब मुसलमाना के लिए आखिरी अथॉरिटी है उन्होंने जो कहता असी वो पाबंद हैं जिदा गुरु गोबिंद सिंह जी महाराज ने पंथ बनाया और उस तो बाद सानू असी हजूरी दे विच शामिल है साढ़े सामने साहब श्री गुरु ग्रंथ साहब सब सरोवित ने योगम परमात्मा के क्यों गुरु मान्य बनाए। इसी तरह इस्लाम के विच है कि हुण मुहम्मद रसूल्ला तो बाद कोई नबी नहीं आना हुण जो मुहम्मद रसूल्ला की सिक्ख्या तो जो कुरान शरीफ है यही तुहाडे लई है इहदे मुताबिक ही तुसीं जिंदगी मुढ़ली तौहीद असीं कहिंदे कि खुदा नूं मन्नना तौहीद के नाल ही असीं इंसानां 'च बराबरी चाहुंदे छुआछूत का खात्मा चाहुंदे मजहब के आधार पर किसी के नाल नफरत नहीं चाहते। मुहम्मद रसूल्ला के जिन्हें मनने वाले से पहला मुसलमान नहीं जिन्हें भी मनने वाले मुहम्मद रसूल्ला तो अलावा कोई होर बंदा सीगा ही नहीं कल्ले उन्होंने बस यही सानू संदेश दिता कि भी तुसी ये सोच के नहीं चलना कि भी फलाना बंदा मुसलमान है तो असं ये हमदर्दी करिए नहीं पर मैं इंसानियत का जिहड़ा मजहब है जिदा इस्लाम ने जज नू कहा लोग पूछते जज कोई सरदार जी जज की कुर्सी से बैठे नहीं तुहाडा धर्म की है जी सिखिज़म है जी कोई मुसलमान जज की कुर्सी बैठा तेरा धर्म की है इस्लाम है कोई ईसाई जज की कुर्सी बैठा तेरा धर्म की है ईसाई है तो नहीं। इस्लाम ने कहा कि जब काजी अपनी अदालत बैठ गया जाके कुर्सी के उत्ते फरमाया हूँ यह धर्म की है हूँ यह धर्म सिर्फ इंसाफ अगर ये अपने धर्म की ऐनक ला के देख रहा है दोनों फरीकों ये फैसला इंसाफ के उत्ते नहीं दे सकता यदा धर्म जोड़ा सिर्फ इंसाफ है इंसाफ के मुताबिक ही चलता भाई मुठलियाँ दो चार गल्ला तो सानिया की तोड़े जो किसी का कोई सवाल हो तो मैं दे सकते हैं मैं नाल मिला है हाँ जी विद्यार्थियों के बहुत सारे सवाल सन उन्होंने कुछ साझे के रूप में सवाल ने वो असी अगे कर देते हैं। पहला सवाल है कि जिमें असी आम तौर पर सुनते पढ़ते हाँ कि मुसलमानों के अंदर एक सिया एक सुनी है इन दोवों के अंदर बखेरा क्यों आ किड़े किड़े अंतर आ क्योंकि बहुत सारे बुलावे एक दूजे के उत्ते पूजा लाते रहते हैं बरखा तोड़ते रहते हैं तो कि इस अलावा कोई तीजा चौथा या पंजा धड़ा होर भी है सो बेनती है कि ये उत्ते अपने विचार साझे करो। हाँ जी विद्यार्थियों के जोड़े होर सवाल है वो भी सब लिखती तौर पर पहुँचा दौ इस तरह जिमें तीन तलाक की गल आई है तो हम भारत सरकार ने भी जरा कानून तौर पर ही एक नियम बना दिता हो तीन बार तलाक तलाक कहने ही इस तरह जरा दो जीवों का विछोड़ा नहीं हो सकता तो शरा के अनुसार ये जे एक तो वह विह कर पाने क्योंकि जे जीवन साथी चाहे वह औरत या मर्द है वो तंदुरुस्त औलाद भी है खुश भी है तो एक तो वह इस्लाम के अंदर जोड़े विह आनता क्यों है कि हूँ जोड़ा कानून बनिया यदा इस्लाम के उत्ते की प्रभाव पड़ा। तीसरा आ कि जिमें हलाला कहा जाता
ਕਿ ਇਹ ਹਲਾਲਾ ਸ਼ਰ੍ਹਾਂ ਦੇ ਅਨੁਸਾਰ ਇਹ ਜਿਹੜਾ ਕਾਨੂੰਨ ਵੀ ਹੈ ਇਹਦੇ ਬਾਰੇ ਥੋੜ੍ਹਾ ਦੱਸਿਆ ਜਾਵੇ ਅਤੇ ਮੁਸਲਮਾਨ ਵਾਸਤੇ ਕੀ ਸੁਨਤ ਜ਼ਰੂਰੀ ਹੈ ਅਤੇ ਜਿਹੜਾ ਹੱਜ ਹੈ ਉਹ ਮੁਸਲਮਾਨ ਕਿਉਂ ਕਰ ਲਿਖਿਆ ਮੈਂ ਲਿਖ ਦੇ ਗੁਰਪ੍ਰੀਤ ਸਿੰਘ ਹੋਰਾਂ ਨੇ ਸਵਾਲ ਕੀਤਾ ਕਿ ਔਰਤ ਮਸਜਿਦ ਅੰਦਰ ਜਾ ਕੇ ਨਮਾਜ਼ ਅਦਾ ਕਿਉਂ ਨਹੀਂ ਕਰ ਸਕਦੀ। ਪਹਿਲੀ ਗੱਲ ਤਾਂ ਇਹ ਕਿ ਇਸਲਾਮ ਨੇ ਔਰਤ ਨੂੰ ਕਦੀ ਵੀ ਮਸਜਿਦ 'ਚੋਂ ਜਾਣ ਤੋਂ ਪਾਬੰਦੀ ਨਹੀਂ ਲਗਾਈ। ਇੱਕ ਰਸਮ ਰਿਵਾਜ਼ ਜਿਹੜਾ ਚਲਾਇਆ ਔਰਤਾਂ ਨੂੰ ਸਮਝਾਉਣ ਦੇ ਲਈ ਕਿ ਘਰ 'ਚ ਅਗਰ ਨਮਾਜ਼ ਪੜ੍ਹੀ ਜਾਏ ਤਾਂ ਉਹਦਾ ਜ਼ਿਆਦਾ ਸਵਾਬ ਹੈ, ਔਰਤ ਅਗਰ ਮਸਜਿਦ 'ਚ ਜਾ ਕੇ ਨਮਾਜ਼ ਪੜ੍ਹੇਗੀ ਤਾਂ ਉਹ ਘੱਟ। ਕਿਉਂ ਉਹ ਵੀ ਜਿੱਦਾਂ ਮੱਕੇ ਦੀ ਬੜੀ ਮਸਜਿਦ ਹੈ, ਮਦੀਨੇ ਦੀ ਮਸਜਿਦ, ਉੱਥੇ ਅਗਰ 20 ਲੱਖ ਲੋਕ ਰੋਜ਼ ਨਮਾਜ਼ ਪੜ੍ਹਦੇ ਤਾਂ 10 ਲੱਖ ਔਰਤਾਂ ਹੀ ਪੜ੍ਹ ਰਹੀਆਂ, ਨਾਲ ਕੋਈ ਪਾਬੰਦੀ ਜਿਹੜੀ ਹੈ ਔਰਤਾਂ ਵਿੱਚ ਆਈ ਨਹੀਂ। ਸਿਰਫ ਇਸ ਲਈ ਮੁਸਲਮਾਨਾਂ ਦੇ ਦੂਸਰੇ ਖਲੀਫਾ ਹਜ਼ਰਤ ਉਮਰ ਨੇ ਔਰਤਾਂ ਨੂੰ ਇੱਕ ਗੱਲ ਕਹੀ ਕਿ ਜਿੰਨੀ ਜ਼ਿਆਦਾ ਪਰਦੇ ਦੇ ਵਿੱਚ ਰਹਿ ਕੇ ਥੋੜ੍ਹੀ ਨਮਾਜ਼ ਪੜ੍ਹੋਗੇ ਉਹ ਖੁਦਾ ਤਾਲਾ ਨੂੰ ਜ਼ਿਆਦਾ ਅੱਛੀ ਲੱਗੇ। ਪਰਦੇ 'ਚ ਕਿਉਂ ਨਮਾਜ਼ ਪੜ੍ਹਨਾ ਚਾਹੁੰਦਾ? ਇਸਲਾਮ ਨੇ ਕਿਹਾ ਵੀ ਔਰਤ ਨੂੰ ਖੁੱਲ੍ਹਾ ਖੁੱਲ੍ਹਾ ਨਮਾਜ਼ ਪੜ੍ਹ। ਅਸੀਂ ਵੀ ਅਗਰ ਆਪਣੀ ਪੰਜਾਬ ਦੀ ਸੱਭਿਅਤਾ ਨੂੰ ਦੇਖੀਏ ਜਾਂ ਭਾਰਤ ਦੀ ਸੱਭਿਅਤਾ ਨੂੰ ਦੇਖੀਏ ਤਾਂ ਸਾਡੇ ਵਡੇਰਿਆਂ ਦਾ ਜਿਹੜਾ ਰਸਮ ਰਿਵਾਜ਼ ਨਹੀਂ ਵੀ ਲਿਬਾਸ ਖੁੱਲ੍ਹਾ ਡੁੱਲਾ ਹੁੰਦਾ। ਹੁਣ ਜਿਹੜਾ ਮੋਡਰਨਾਈਜੇਸ਼ਨ 'ਚ ਅਸੀਂ ਲਿਬਾਸ ਪਾ ਰਹੇ ਹਾਂ ਉਹ ਇਨਸਾਨ ਨੂੰ ਬੁਰਾਈ ਦੇ ਵੱਲ ਮਾਇਲ ਕਰਦਾ ਉਹਦੇ ਦਿਲ ਨੂੰ। ਇਸ ਗੱਲ ਤੋਂ ਕੋਈ ਬੰਦਾ ਇਨਕਾਰ ਨਹੀਂ ਕਰ ਸਕਦਾ ਕਿ ਅਗਰ ਇੱਕ ਅੱਛੀ ਔਰਤ ਆ ਰਹੀ ਹੈ ਤਾਂ ਸਾਰੇ ਐਡੇ ਵੱਡੇ ਧਰਮੀ ਨਹੀਂ ਹੈਗੇ ਕਿ ਉਹਨੂੰ ਦੇਖ ਕੇ ਉਹਨਾਂ ਦੇ ਦਿਲ 'ਚ ਕੋਈ ਬੁਰਾਈ ਨਹੀਂ ਪੈਦਾ। ਕੁਰਾਨ ਨੇ ਕਿਹਾ ਵੀ ਫਿਤਨਾ ਨਾ ਬਣੋ, ਮਤਲਬ ਦੂਸਰੇ ਦੇ ਦਿਲ 'ਚ ਬੁਰਾਈ ਪੈਦਾ ਕਰਨ ਦਾ ਜ਼ਰੀਆ ਨਾ ਬਣੋ। ਪਰ ਮੈਂ ਮੋਹਰਿਓ ਆਉਂਦੇ ਵੀ ਫਿਤਨਾ ਹੋ ਅਤੇ ਨੰਗ ਰਹੇ ਅਤੇ ਪਿੱਛੋਂ ਵੀ ਫਿਤਨਾ ਹੋ, ਅਗਲਾ ਦੇਖ ਹੀ ਜਾ ਰਿਹਾ ਸਿਰਫ ਇਸੀ ਮਕਸਦ ਦੇ ਨਾਲ, ਜਦਕਿ ਉਹਨੂੰ ਹਾਸਲ ਕੁਛ ਨਹੀਂ ਹੋ ਸਕਦਾ। ਇੱਕ ਬਦਤਰੀਨ ਬਿਮਾਰੀ, ਔਰ ਇਸ ਬਿਮਾਰੀ ਦੇ ਨਾਲ ਤੁਹਾਨੂੰ ਗੱਲ ਦੱਸਦਾ ਚੱਲਾਂ, ਕਈ ਲੋਕ ਸਾਨੂੰ ਬਲੀਆਂ ਨੂੰ ਪੀਰਾਂ ਨੂੰ ਪੁੱਛਦੇ ਹੁੰਦੇ ਕਿ ਵੀ ਕਈ ਲੋਕ ਪੁੱਛਦੇ ਦੁਆ ਕਬੂਲ ਨਹੀਂ ਹੁੰਦੀ। ਜਿਹੜਾ ਬੰਦਾ ਬਦਨਜ਼ਰੀ ਕਰਦਾ, ਬਦਨਜ਼ਰੀ ਮਤਲਬ ਆਪਣੀ ਨਿਗਾਹ ਦੇ ਨਾਲ ਬਲਾਤਕਾਰ ਕਰਦਾ, ਅੱਖਾਂ ਨਾਲ, ਆਪਣੇ ਦਿਮਾਗ ਨਾਲ, ਉਹ ਖੁਦਾ ਦੀ ਔਰ ਮੇਰਾ ਖਿਆਲ ਹੈ ਕਿ ਅੱਜ ਦੇ ਦੌਰ 'ਚ ਅਗਰ ਬਾਹਰ ਚੱਲ ਜਾਈਏ ਅਤੇ ਦਿਲ 'ਤੇ ਹੱਥ ਰੱਖ ਕੇ ਪੁੱਛੀਏ ਤਾਂ 100 ਚੋਂ 98 ਲੋਕ ਇੱਦਾਂ ਦੇ ਸਾਨੂੰ ਮਿਲ ਜਾਣਗੇ ਜਿਹੜੇ ਇਸ ਹਕੀਕਤ ਨੂੰ ਮੰਨਣਗੇ ਕਿ ਵਾਕਈ ਅਸੀਂ ਆਪਣੀ ਨਿਗਾਹ ਦੇ ਨਾਲ, ਸਾਡੇ ਮਨ 'ਚ ਗੱਲ ਆਉਂਦੀ ਹੈ ਕਿ ਫਲਾਂ ਅਗਰ ਕੋਈ ਖੂਬਸੂਰਤ ਖਾਤੂਨ ਨਿਕਲ ਰਹੀ ਹੈ ਤਾਂ ਸ਼ਾਇਦ ਕਿਉਂ ਨਹੀਂ ਅਸੀਂ ਇਹਦੇ ਨਾਲ ਹੁੰਦੇ। ਅਤੇ ਇਸਲਾਮ ਨੇ ਕਿਹਾ ਕਿ ਇਸ ਗੱਲ ਤੋਂ ਬਚਣ ਦੇ ਲਈ ਕੋਸ਼ਿਸ਼ ਇਹ ਕੀਤੀ ਜਾਵੇ ਕਿ ਔਰਤਾਂ ਇਬਾਦਤ ਜਿਹੜੀ ਹੈ ਉਹ ਘਰ 'ਚ ਕਰਨ, ਵਰਨਾ ਐਸੀ ਕੋਈ ਪਾਬੰਦੀ ਨਹੀਂ ਲਗਾਈ। ਹੁਣ ਵੀ ਮੱਕੇ ਦੀ ਮਸਜਿਦ ਹਿੰਦੁਸਤਾਨ 'ਚ ਜਿਹੜੀਆਂ ਬੜੀਆਂ ਮਸਜਿਦ ਹੈ ਔਰਤਾਂ 'ਤੇ ਨਮਾਜ਼ ਪੜ੍ਹਨ ਲਈ ਪਰਦਾ ਲਾ ਕੇ ਬਕਾਇਦਾ ਅਲੈਦਾ ਤੋਂ ਇੰਤਜ਼ਾਮ ਕੀਤਾ ਜਾਂਦਾ ਹੈ ਤਾਂ ਕਿ ਇਬਾਦਤ ਵੇਲੇ ਖਲਲ ਜਿਹੜਾ ਹੈ ਦਿਮਾਗ ਦੇ ਵਿੱਚ। ਤਿੰਨ ਨਿਕਾਹ ਇਸਲਾਮ ਨੇ ਜਾਰੀ ਕੀਤਾ ਹੁਕਮ ਕਿ ਇੱਕ ਬੰਦਾ ਸਮਰਥ ਹੈ ਨਿਕਾਹ ਕਰਨ, ਫਿਰ ਉਹ ਨਿਕਾਹ ਨਹੀਂ ਕਰਦਾ, ਮੁਸਲਮਾਨ ਨਹੀਂ ਹੈ ਲੇਕਿਨ ਉਹਦੀ ਸਮਰਥਾ ਹੈ, ਪੈਸੇ ਬਹੁਤ ਨੇ, ਸਿਹਤ ਵੀ ਬਹੁਤ ਚੰਗੀ ਹੈ, ਸਮਾਜ 'ਚ ਕੋਈ ਇਹਦਾ ਸਿਸਟਮ ਹੀ ਨਹੀਂ ਹੈ ਕਿ ਉਹ ਦੂਸਰੀ ਬੀਵੀ ਰੱਖੇ, ਉਹ ਫਿਰ ਕਿਸੇ ਵੀ ਔਰਤ ਦੀ ਜ਼ਿੰਦਗੀ ਖਰਾਬ ਕਰਦਾ, ਉਹਦੇ ਨਾਲ ਯਾਰੀ ਕੱਟਦਾ, ਉਹਨੂੰ ਲਈ ਫਿਰਦਾ, ਜ਼ਿਆਦਾ ਪੈਸੇ ਹੁੰਦੇ ਉਹਨੂੰ ਮਕਾਨ ਮਕੂਨ ਲੈ ਦਿੰਦਾ, ਉਹਦੇ ਵੀ ਬੱਚੇ ਹੋ ਜਾਂਦੇ ਲੇਕਿਨ ਉਹਨਾਂ ਨੂੰ ਆਪਣਾ ਨਾਮ ਨਹੀਂ ਦੇ ਸਕਦਾ। ਇਸਲਾਮ ਨੇ 3 ਨਿਕਾਹ ਉਹਨਾਂ ਨੂੰ ਜਾਇਜ਼ ਕਰਾਰ ਦਿੱਤੇ ਜਿਹੜੇ ਸਮਰਥ ਨੇ 3 ਔਰਤਾਂ ਰੱਖਣ ਦੇ। ਫਰਮਾਇਆ ਬਦਕਾਰੀ ਨਾ ਕਰੋ, ਆਪਣਾ ਮੂੰਹ ਨਾ ਕਾਲਾ ਕਰੋ, ਕਿਸੇ ਦੀ ਧੀ ਭੈਣ ਦੀ ਇੱਜ਼ਤ ਨਾ ਖੇਲੋ ਨਹੀਂ। ਬਹੁਤ ਮਰਦ ਉਹਨੂੰ ਇਸਲਾਮ ਨੇ ਕਿਹਾ ਕਿ ਜਿਹੜਾ ਔਰਤ ਨੂੰ ਆਪਣਾ ਨਾਮ ਦੇ ਉਹ ਮਰਦ, ਜਿਹੜਾ ਸਿਰਫ ਇੱਕ ਰਾਤ ਗੁਜ਼ਾਰਨ ਦੇ ਲਈ ਪੈਸੇ ਖਰਚ ਕਰੇ ਉਹ ਮਰਦ ਨਹੀਂ। ਇਸਲਾਮ ਨੇ ਕਿਹਾ ਠੀਕ ਹੈ ਤੂੰ ਬਹੁਤ ਦੌਲਤਮੰਦ ਹੈ, ਸਮਰਥ ਵੀ ਹੈ ਨਾ, ਚੱਲ ਇੱਕ ਨਿਗਾਹ ਹੋਰ ਕਰਦਾ ਉਸ ਔਰਤ ਨੂੰ, ਪਰ ਆਪਣਾ ਨਾਮ ਦੇ, ਉਹਦੇ ਬੱਚਿਆਂ ਨੂੰ ਆਪਣਾ ਨਾਮ ਦੇ, ਤਾਂ ਕਿ ਕੱਲ੍ਹ ਉਹਨਾਂ ਨੂੰ ਕੋਈ ਇਹ ਨਾ ਕਹੇ ਕਿ ਇਹ ਨਜਾਇਜ਼ ਔਲਾਦ। ਇਸ ਲਈ ਇਸਲਾਮ ਨੇ ਹਿੰਦੁਸਤਾਨ 'ਚ ਤਾਂ ਖੈਰ
सौ जो दो लोग ही ऐसे मिलेंगे जिन्हों की तीन शादियां हुई हो या दो हुई हो, लेकिन इस्लाम ने यह सिस्टम बनाया इसलिए है कि बंदा इधर उधर मुँह ना मारे। जो समर्थ लोग ने अगर वो शादी करना चाहते हैं तो किसी की भी बेटी को अपना नाम दे, उन्होंने भी इज्जत दें, उन्होंने भी सत्कार दें। हलाला, हलाला एक गैर शरी सिस्टम जोड़ा है वो शुरू किया गया हज़रत मुहम्मद साहब के बाद। लोगों ने कहा कि अगर बीवी किसी की तलाक हो जाए वो नाल तो फिर कित हो निकाह कर दो, फिर उतो तलाक हो वापस इधर हो गए, तो इस्लाम से जायज़ नहीं है। ये कुछ लोगों ने बनाया इस्लाम ने हराम करार दिता, यदि इस्लाम के जगह नहीं। जानवर को हलाल क्यों किया जाता है? जीवा करने समय की पड़े जाते हैं जानवर को हलाल करने के लिए। अगर साइंटिफिक तौर पर भी असं देखिए लोग कहते हार्ट अटैक में मर गया, अगर किसी को अचानक कोई झटका लग जाए तो हार्ट अटैक का बंदा मर जाए। अगर किसी को पता ही हो मैं फांसी लाना है तो बिल्कुल तैयार होंगे कि चल कोई गल नहीं फांसी लगना ही है तो तैयार है। पर मैं इसलिए कि जानवर को पहले थोड़ी खबर हो और लिटा के सिवा किया जाए ताकि मुकम्मल खून जोड़ा उसके जिसम जो पारित हो जाए और नुकसान देना उसके बाद खान दे। इसलिए और फरमाया कि खुदा का नाम लेके सिवा करो थोड़े तो अलावा कोई बड़ी उमदा कोशिश कर रही। आम तौर पर की पढ़िया जाता कोई आयत पढ़ी जाती है जी उदो? हाँ नहीं बिस्मिल्लाह पढ़ते सुन्नत पहला ना एक शब्द है सुन्नत। सुन्नत असी कहने हैं उस काम को जेड़ा मुहम्मद साहब ने किया सल्लल्लाहु अलैहि वसल्लम ने और असी उन्हें करना है। मिसाल के तौर पर दाढ़ी रखना सुन्नत है, सच बोलना सुन्नत है, बैठ के पानी पीना सुन्नत है, सिर नूं ढकना सुन्नत है। ये असी सुन्नत जेड़े मुहम्मद सल्लल्लाहु अलैहि वसल्लम ने काम किए उन्हां दी पैरवी करने नूं सुन्नत कहने। उतों ही लफ्ज़ सुन्नी इस्तेमाल है जिन्होंने आप कहने सुन्नी मुसलमान। सुन्नी मुसलमान का मुराद जो मुहम्मद साहब ने किया वो दे मुताबक है इस्लाम के। एक फिरका है शिया का वो ज़्यादातर ईरान के पाया जाता है, साढ़े देश में कुछ लोग है उन्होंने लिए इस्लामी जी हो सिक्ख्यावान ने वो ज़्यादा इख्तलाफ नहीं है। बस उन्होंने ये मनना सगा कि हज़रत मुहम्मद साहब तो बाद हज़रत अली जे हज़रत मुहम्मद साहब के दामाद ने बीबी फातिमा के शौहर ने भी उन्होंने को खिलाफत होनी चाहिए सी या वो उस तो बाद आते सामने, लेकिन उन्होंने बाद अबू बकर आए फिर उमर आए फिर उस्मान आए फिर अली आए। तो एक छोटा जि इख्तलाफ है तो वो अपने अपने तरीके वरना मौला अली जिस तरह शिया मानते हैं उसी तरह सुन्नी मानते हैं, तो हज़रत इमाम हसन हुसैन जिस तरह शिया मानते हैं उसी तरह सुन्नी मानते हैं। तो मुढ़ली इन्हों सिक्ख्यावान जड़िया जिदा तौहीद की सिक्ख्या मुहम्मद साहब ने अपनी गुरु मनन की सिक्ख्या वो सारे की आपस के सेम है, वो कोई भी आपस के बदलाव नहीं है। कोई गैर मुस्लिम बंदा मक्के मस्जिद अंदर दाखिल हो जाता है, हाँ मक्के की जी मस्जिद है उन्होंने असं मस्जिद नहीं कहते कंटोनमेंट कहते अकाल तख्त साहब है। श्री अकाल तख्त साहब जो सिखा का कंटोनमेंट समझ गए मेरी गल तुम क्योंकि धर्म के लोग आसानी ना समझ जाओ दरबार साहब सारे मत्था टेकन जा सकते, लेकिन जोड़ा रुतबा खास लोगों लिए रखा गया उसे किसी भी धर्म का बंदा आके नहीं बैठ सकता। मुहम्मद रसूलुल्लाह ने मक्के और मदीने को कंटोनमेंट करार दिया, वो करार देने की वजह की सी जिस संदर्भ में मुहम्मद साहब नबी होने का ऐलान कर दें। अगर तुम इस्लामी सिक्ख्या पढ़ोगे मुसलमानों की पहली जिहड़ी शहीद है वह नाम है सुमैया 80 साल की बुरी औरत मक्के का जिहड़ा उस वेले का गवर्नर है अबू जहल उन्हें सुमैया को 5 दिन तक कुटिया फिर ऊंट मंगा के दोनों लत्तां बन्नियां चिरवा दिया। बिलाल है उन्होंने तकरीबन 5 साल तशद्दुद का शिकार बनाया, यासिर बिन अम्मार को मारिया, सईदना हबीब बिन ज़ैद के टुकड़े किए, सईदना हमजा के टुकड़े किए। 10 साल का जो अरसा है वो इन्ना शिद्दत वाला अरसा है कि जेडे लोग मुहम्मद रसूलुल्लाह को मनने वाले थे या तो उन्होंने गोटियां की गई या उन्होंने फांसी दी गई या ऊंठा के नाल उन्होंने चिरवाया। तो जिस दिन मक्का फतेह होया तो अल्लाह ताला का हुक्म आया कि
मक्के हूँ असं कंटोनमेंट करा दें कि भी जेडे हू बहू तेरी इताद कर मतलब जिन्हों का अकीदा वही हो जो तेरा है वो मेरे इतने आने तो जिन्हों के अकीदे मिलावट है वह नहीं आने सिर्फ मक्के और मदीने की मस्जिद के अलावा दुनिया की तमाम मस्जिदों तमाम धर्मों के लोग जा सकते हैं लेकिन उतने इसलिए मुहम्मद रसूला के फतेह के बाद पाबंदी आई हुई थी क्योंकि 10 साल इन्ना शिद्दत का जुल्म जोड़ा है अरब के लोगों ने किया क्योंकि हूँ जो जालम ने उन्होंने कोई इख्तियार नहीं है क्योंकि हज जोड़ा है वो मुहम्मद साहब तो पहले ही होंगे थोड़ा जहा दुनिया का इतिहास दसवा इस्लाम के मुताबिक अल्लाह ताला ने जो दुनिया बनाई अगर तुम हम कैंपस चकोगे तो दुनिया का केंद्र बिंदु जोड़ा वो मक्के का शहर तो मक्के जो बैतुल्ला काले रंग का घर जिन्होंने देखते हो गुलाब चाढ़े आ कई बार छोटे छोटे न्याणे जिदा असं स्कूले पढ़ते साडे दोस्तों ने कह देना कि इतने तुम्हें कैद किया होया शिवजी एक गल लोगों ने बनाई वो जो बैतुल्ला है खुदा ने हुक्म दिता भी दुनिया के फरिश्तों को भेजा फरमाया एक घर बनाओ चार कंधा उपर छत पाओ किस काम लई भी असं इंसान को पैदा किया नहीं पता हो घर बना के रहना किता बैतुल्ला दुनिया का पहला घर है पूरी कायनात की जी इमारत बनी है उन्होंने पहली इमारत दुनिया की जी बैतुल्ला करोड़ों साल पहला सिर्फ फरिश्तों ने बनाई हजरत मुहम्मद साहब ने नहीं बनाई उस तो बाद आदम आए उन्होंने दोबारा वह ढह गया से दोबारा तमीर किया फिर अलग अलग दौर के 1,24,000 नबी आए वो अपने अपने समय के बनाते रहे तो बैतुल्ला जोड़ा है वो सिर्फ बैतुल्ला का एहतराम है भी खुदा तला ने उन्होंने अपने वालों तामीर कराया भी ये मेरे नाम के नाम पर एक घर बनाया जाए जो लोग तबाद कर हजरत मुहम्मद साहब तो पहला भी हज हूँ लोग आते पूरी दुनिया तो काफले बना बना के भी मक्के जावे उ बैतुल्ला के गेड़े खावे तबाह करा तबाह करेंगे परिक्रमा करेंगे जो मक्का फतेह हो गया इन्हें जुल्म तो बाद फिर पाबंदी लाई गई कि हूँ जो आम लोग बाहर अरब तो आ रहे जिन्होंने जुल्म भी किया मक्के जोड़े गवर्नर से उन्होंने मिलकर सू मारिया भी सारी जिंदगी तो उन्होंने पाबंदियां भी मक्के की मस्जिद कर देना दूसरी सुन्नत तुम आम जुबान जिन्होंने सुन्नत समझते हो कि मुसलमान जोड़े चंद बच्चा जो पैदा होंगे असं चाहते हैं कि पेशाब की जगह से अगर थोड़ा जहा मास जोड़ा कट दिता जाए वो बुनियादी तालीम यह है कि इब्राहिम जोड़े साढ़े नबी से मुहम्मद साहब तो पहला आए थे हजरत मुहम्मद साहब के दादा नबी नबिया के हिसाब ना दादे ने उदा दादे नहीं उदा दादे अब्दुल मुत्तलिब उन्होंने ये रिवाज पाया क्यों पाया ताकि पाकी रहे जेडे धर्मी नहीं है उन्होंने बाकी ने बाकी तो कोई लेना देना नहीं अगर इतमान असं देखा तो पेशाब के कुछ कतरे जोड़े वो रह जाएंगे अगर सुन्नत जाके रखा तो पेशाब के कुछ बाकी कतरे नहीं रहने हम अंग्रेज भी कहें कि एड्स नहीं हो सकती सुन्नत कराओ यूरोप के मुल्क आम हो गया इस्लाम ने 1400 साल पहला कहा कि भी अगर इस तरीके के नाल रहेंगे तो नापाक नहीं होवेंगे असं तो कोई गंदगी जी जमा नहीं होगी जिद कोई बीमारी लगे इसलिए पाबंदी आयत की थी कि मुसलमान जोड़े दूजे मत ईसाई हाँ तकरीबन सुन्नत कर तकरीबन सुन्नत कर एक गुरु ग्रंथ साहब मर्यादा साडिया भी कई आनू लैके साडे भी रौले चलते रहते हैं है ना लड़ाई झगड़े भी होते कई बार पर प्रायोरिटी साढ़े गुरु ग्रंथ साहब को वो अधीन कई बार सोच सुधाई भी मर्यादा के तब्दीलियां भी जी हो शरह के भी कोई तब्दीली हो सकती कि उदा ही चलती आ रही देखो इस्लाम जो हर जिदा साढ़े की आवाज है जिदा क्वेश्चन लिख के भेजा आम मुसलमान जोड़े जिदा शहर से हम जो मुसलमान रह रहे घर कोई गल हो गई जिदा बैंक गया कोई गल हो गई उन्हें परची लिखे मस्जिद के मौलवी को आना जनाब इन्ने पैसे से इन्ने कटाए इन्ना सूद बनया की करा हूँ इन्हें पैसे उन्हें वह जवाब शरह चे शरह के चार बड़िया किताबा साढ़े एक बुखारी शरीफ हजरत मुहम्मद साहब दिनिया हदीसा हदीस कहने हदीस शब्द है जो मुहम्मद साहब ने किया नोट कर दिता गया वह असी हदीस उसकी सब तो बड़ी किताब है बुखारी दूसरी किताब है मिशकात मिशकात शरीफ फिर तीसरी किताब है अबू दाऊद फिर नसाई साढ़े की है कि मिसाल तौर पर मैं मौलवी हाँ तो बोल रहा
कोई हदीस का मैं दसना चाहना, हदीस मतलब जो मुहम्मद साहब ने किया, उदों मैं दस सकदा जो मेरे को सनद हो। असी सनद कली डिग्री नूं नहीं कहिंदे, असी कहिंदे हां कि मिसाल दे तौर ते तुसीं जो पढ़ रहे हो, गुरु गोबिंद सिंह जी महाराज ने की किया, अगे किहड़े सुनिया, नबी खां गनी खां ने सुनिया या उन्हां दे साहिबजादा अजीत सिंह जी ने सुनिया, जिन्हें भी सुने उन्हें किनू सुनाया, उहदा नाम की सी, उत्तों अगे किहने सुनिया। असी उन्हों सनद कहने, जिस तरह मैं तो तेरे गल कर रहा, मैं कह जी मैं अपने बाप हबीबुर रहमान तो सुने, उन्हें कि तो सुने, उन्हें मुहम्मद अहमद तो सुने, उन्हें कुछ तो सुने जी, उन्हें मुहम्मद जकरिया तो सुने, उन्हें कि तो सुने, उन्हें अब्दुल कादिर तो सुने, उन्हें कुछ तो सुने जी, उन्हें आस मुहम्मद तो सुने। ये सिलसिला मुहम्मद साहब नाल जुड़ना चाहिए ता तुसी वेरीफाई हो, वरना वेरीफाई नहीं। बकायदा सनद होनी चाहिए, इस्लाम हर गल की सनद मंगता। वो कहना मुहम्मद रसूल्ला ने जिहड़ी गल कही, तुसी कह रहे हो कि मुहम्मद रसूल्ला ने कहा पहाड़ से खड़े हो गए कि मैं कहां कि तुसी यकीन कर लो कि इधरले पासे फौज है, तो फरमाया किने किने सुनिया, किसी ने कहा अबू बकर ने सुनिया, अनस ने सुनिया, फलां ने सुनिया, फरमाया अच्छा फिर उन्होंने किनू दसिया, नहीं इमाम मालिक ने दसिया, वो तो इमाम शाफी ने सुनिया। ये पूरा जोड़ होना चाहिए साढ़े 1400 साल का, वो जोड़ अगर कन्फर्म हो के हूँ बंदा जिहड़ा कि उस जोड़ दे विच है, वो तुहानू अगर अपनी हदीस दसदा है मुहम्मद साहब की, और फिर लिख के साइन करके दसदा कि मैं उस्मान नूं इजाजत देती है कि अगे दस सके, तां फिर असीं समझदे कि ये वेरीफाई। इस्लाम सुनी सुनाई गल्लां नूं मन्नण तों सख्ती दे नाल मना करदा, इस्लाम कहिंदा बिल्कुल नहीं तुसीं, और फिर उन्हूं हदीस नूं वेरीफाई करन दा हुक्म दिंदा। जिहड़े चार बड़े इमाम ने जिन्हां दीआं बड़ियां किताबां, मिश्कात शरीफ, अबू दाऊद शरीफ, नसाई शरीफ, इस्लाम कहिंदा है कि कोई हदीस आ गई तुहाडे कोल, हज़रत मुहम्मद साहब ने जिद्दां कहा कि एक समा आऊगा, मक्के दे दिन खड़े सी, फरमाया एक समा आऊगा कि मक्के की जिहड़ी इमारत है, बिल्डिंग जिहड़ी है, ये मक्के दे पहाड़ां तों उच्चियां हो जाण। अच्छा उदों तां ना लोहा सी, ना सरिया सी, ना हवाई जहाज, ना टैक्नोलॉजी, ये हदीस हो गई। लेकिन अज के टाइम से असं जब हदीस बयान करते हैं तो बयान जो करनी है अलग अलग लोगों ने पूछना भी यदि वेरीफाई लियाओ, तो वेरीफाई उन्होंने इमामा की किताबा खोलिया जा, सफे कटने, वो नंबर कटने, वो चारों मैच कर दिया हूँ उन्होंने चारों इमामा की जेडे उस वेले मौजूद से हजरत मुहम्मद साहब के कोल, ये नहीं कि उन्होंने एक दी हो, चारा की सनत चाहिए है ताकि मिलावट ना हो सके। इस्लाम कहिंदा कि अगर तुसी अपने दीन च मिलावट करन लग पोगे तो अगे अगे सारा कुछ सिस्टम ही बदल जाएगा। मिलावट नूं हमेशा असी चाह छानी लाई हुई है पक्की मुसलमानों ने, जो जो भी कचरा आई जाता उन्होंने हौली हौली कटते रहते, कोई भी मिलावट होगी तो उन्होंने फौरन तौर पर कटा। हाँ जी, बैतुल्ला जिहड़ा है खुदा दा घर, जिहड़ा मक्के की मस्जिद के विच काले रंग का तुसीं गुलाब देखते हो, वो एक पत्थर लगे उन्होंने हजरे असवद कहते, असवद शब्द है अरबी का, कहते काला। तो जो पहली बार उस घर में बनाया गया फरिश्ते ने तो जन्नत तो पत्थर लैके आए, वो चिट्टा सी, तो लोगों ने लोग चुमते वजह काला हो गया, लोगों की गुनाह नहीं हो गया। अबू बकर तो बाद उमर खलीफा बने, वो मक्के की मस्जिद तवाफ कर रहे थे हज कर गए, जो हजरे असमद के सामने खड़े हुए उस पत्थर के सामने, वो चारों पास स्टील का कवर लगे उन्होंने फड़िया, फरमाया तेनू सिर्फ इसलिए चुम रहे हैं कि तेरे सत्कार की वजह नाल मुहम्मद रसूलुल्लाह ने तेनू चुमया। ये सिर्फ उन्होंने शब्द नहीं, हर मुसलमान के शब्द, फरमाया तेनू तां चुम रहे हैं कि मुहम्मद रसूलुल्लाह ने तेरी इज्जत की वजह नाल भी तू जन्नत तो पत्थर आया कि तेनू चुमया सी, वरना फरमाया तो एक पत्थर है, पत्थर तो अलावा तेरी कोई अहमियत नहीं, तू सानू कुछ नहीं दे सकता। ये साडा अकीदा है। इस्लाम कहता कि भी बैतुल्ला के जिहड़े पत्थर ने उन्होंने नालों भी कीमती, इस्लाम कहता भी मुसलमान जिहड़ा है तुहाडा भरा है उन्होंने नालों भी कीमती है। हुण एक बंदा घर का भरा दे ठुड्डे मारता रहे तो उत्ते बैतुल्ला के पत्थर वल के रोंदा रहे तो उन्होंने कोई फायदा होने वाला नहीं है। इसलिए इस्लाम ने कहा कि हर जगह नहीं मत्था टेकया जा सकता, हज़रत मुहम्मद रसूलुल्लाह की जिहड़ी कबर शरीफ है, मज़ार शरीफ है, वह मदीने च है, मदीना मक्के तो 350 मील दे,
दुनिया की दूसरी सब तो बड़ी मस्जिद जी है मस्जिद नबी के रहती और साढ़े 300 मील दूर है मक्के मुहम्मद साहब मक्के के लोगों ने इन्ना तंग किया कि मक्का छड़ गए हिजरत कर ली वो मदीने से जाके रहने लग पे उन्होंने दुनिया को पर्दा किया लेकिन उन्होंने रोज़ा मुबारक के सामने जो सलाम पेश कर लिए मुसलमान जाते उन्हों का खुद का हुक्म है कि उत्थे भी सजदा नहीं हो सकता मत्था नहीं टेकया जा सकता जालिया चुमिया नहीं जा सकता कोई दुआ नहीं मंगी जा सकती और मैं मेरा रब भी अल्लाह है तुहाडा रब भी अल्लाह है इसलिए इस गल को हमेशा याद रखो कि खुदा की खुदाई के मिलावट जी है वो ना की जाए इसलिए इस गल की पाबंदी उन्होंने लाई है क्योंकि मदीने की जी मस्जिद है उत्थे भी जी नमाज होंगी है वो मक्का मुकरमा शरीफ वाल करके पढ़ी जाती है तो मक्के वाल नमाज पढ़ते हैं अभी क्यों पढ़ते हैं ये जल्द जल्द तुम दस दे देना इस्लाम ने मुसलमानों को जोड़ने लिए कुछ बुनियादी गल जिदा एक खुदा है एक ही रसूल मोहम्मद फरमाया एक ही किताब है कुरान ये अलावा सजे खबर तो फरमाया एको ही किबला किबला कहते डायरेक्शन मूँह जिधर मूँह करके नमाज पढ़ो पूरी दुनिया के मुसलमानों ने कहा भी एको पास मूँह करके नमाज पढ़नी है ताकि थोड़े तो आपस यूनिटी रहे वरना बैतुल्ला जो जाओ खाना काबा च मक्के की मस्जिद के अंदर उत्थे तो चारों पास लोग नमाज पढ़ रहे जेड़ा जितने पासों आ रहा उधर ही पढ़ रहे पूरी दुनिया के लोगों को हुक्म दिया गया भी एक पास नमाज पढ़ो ताकि थोड़ी अट्रैक्शन जुड़ी रहे क्योंकि असं एक कौम वो बुनियादी वजह होर कोई सवाल किसी मिसाल के तौर पर हम दुनिया बहुत एडवांस हो गई जिदा इंश्योरेंस ले लो फाइनेंस ले लो इस्लाम हर चीज़ का जवाब दिता तो इस्लाम ने इनू फिका कहा कि अलग अलग समय से जो सवाल पैदा होंगे तो दुनिया के सारे वड्डे मौलवियों को हुक्म है कि भी साल एक बार इकट्ठे हो वो मीटिंग का नाम है राबता आलम इस्लाम मक्का शरीफ जी वह दफ्तर कोई भी नवा सवाल ऐसा हो उन्होंने फिर शरीयत की रूह चो ही देखना देखना शरीयत चो ही वो अंदाजे के मुताबिक ही फैसला करना कि हम अभी यहाँ की कर सकते अगर जिदा कोई नवा मसला शामिल करना है कुछ इस्लाम की पाबंदी यह है कि 100% मुसलमान जिन्ने हैं वो अगर एक गल के उत्ते फैसला पक्का करना है वो भी वो मसले जिदा नवे आ रहे जिदा कोई फाइनेंस कितना कर सकते हैं इंश्योरेंस कितना कर सकते हैं किडनी डोनेट कर सकते हैं कि नहीं कर सकते अखा किसी को दे सकते हैं नहीं दे सकते इदा के मसले भी राबता आलम इस्लामी ने दफ्तर बनाया कि पूरी दुनिया के जो कुछ लोग सवाल करते हैं जी इस्लाम की फलानी खराबी है इस्लाम की फलानी खराबी जाकिर नायक भी साडा प्रचारक है इस्लाम का एक अच्छे प्रचारकों बहुत वधिया विद्वान है अक्सर लोग उन्होंने सवाल करते हैं तो इस्लाम की रोशनी के बारे में बात बारे थोड़ा जिदा माँ बोली है साड़ी पंजाबी साढ़े रसूल का भी हुक्म है क्योंकि अपनी माँ बोली के अपना दीन कायम रख कई लोग की करते हैं कि हम इस्लाम ने अहमियत दी हमेशा माँ बोली साड़ी जी असल जुबान है इस्लाम की जी शहरी जुबान है वो अरबी उर्दू नहीं हर जगह हुक्म दिता भी अरबी की व्याख्या उत्थे की जुबान करो जिदा मैं तुम्हें इस्लाम पंजाबी नहीं दस अफरीका चले जाओगे तो अफरीकन जुबान जो उन्होंने तुम्हें इस्लाम समझा यूरोप चले जाओगे उत्थे की जुबान जो तुम्हें इस्लाम समझा लेकिन कोशिश ये की जाती है कि जी उत्थे की माँ बोली जिहड़े लोगों की है जिदा असीं पंजाबी मुसलमान हाँ तो सानू ये जरूरी है कि असीं पंजाबी दे विच ही अपना दीन जिहड़ा लोगों के नाल विचारीए शेख फरीदुद्दीन शकरगंज अब्दुल्ला आले इस्लाम के बहुत बड़े वली गुजरे अल्लाह ताला के बहुत पहुंचे हुए बुजुर्ग गुजरे और कुरान पाक च अल्लाह ताला ने वलिया नहीं किया इन्ना औलिया अल्लाह दा कौम अलैहिम वलाहुम हसन कि जेडे लोग खुदा के वली ने वो दोस्त ने खुदा
ਅਤੇ ਦੋਸਤ ਵੀ ਦੋਸਤ ਨਾਲ ਸਾਂਝ ਤਾਂ ਬਹੁਤ ਨੇੜਤੇ ਦੀ ਹੁੰਦੀ ਹੈ, ਸਕੇ ਭਰਾਵਾਂ ਨਾਲੋਂ ਵੀ ਨੇੜਤਾ ਦੀ ਹੁੰਦੀ ਹੈ। ਅਤੇ ਇਸ ਲਈ ਜਿੰਨੇ ਵੀ ਜਿਹੜੇ ਬਲੀ ਗੁਜ਼ਰਦੇ ਨੇ ਉਹ ਅਸੀਂ ਸਮਝਦੇ ਹਾਂ ਕਿ ਉਹ ਦੋਸਤ ਨੇ ਫਿਲਹਾਲ, ਅਤੇ ਦੋਸਤਾਂ ਦੇ ਲਈ ਸਾਰਿਆਂ ਦਾ ਸਤਿਕਾਰ ਕਰਨਾ ਜਿਹੜਾ ਜ਼ਰੂਰੀ ਹੈ। ਪੀਰ ਬਾਬਾ ਨਾਨਕ ਸਾਹਿਬ ਜਿਹਨਾਂ ਨੂੰ ਅਸੀਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੀ ਗੱਲ ਕਹਿੰਦੇ ਹਾਂ, ਉਹ ਵੀ ਸਾਡੇ, ਅਸੀਂ ਉਹਨਾਂ ਨੂੰ ਆਪਣਾ ਪੀਰ ਮੰਨਦੇ ਹਾਂ, ਆਪਣਾ ਬੜਾ ਮੰਨਦੇ ਹਾਂ। ਭਾਈ ਮਰਦਾਨੇ ਨੇ ਉਹਨਾਂ ਦੇ ਨਾਲ ਸਾਂਝ ਪਾਈ ਹੈ 28 ਸਾਲ, ਅਤੇ ਦਰਿਆਏ ਖੁਰਮ ਅਫਗਾਨਿਸਤਾਨ ਦੀ ਜਗ੍ਹਾ ਅਤੇ ਉਹਦੇ ਨੇੜੇ ਭਾਈ ਮਰਦਾਨੇ ਦਾ ਜਦੋਂ ਆਖਰੀ ਸਮਾਂ ਆਇਆ ਤਾਂ ਗੁਰੂ ਸਾਹਿਬ ਨੇ ਪੁੱਛਿਆ ਉਹਨੂੰ ਮਰਦਾਨੇ ਕਿ ਮਰਦਾਨੇ ਕੋਈ ਆਖਰੀ ਖਾਹਿਸ਼, ਮੈਂ ਨਹੀਂ ਗੁਰੂ ਸਾਹਿਬ ਕੁਛ ਨਹੀਂ, ਪਰ ਮੈਂ ਨਹੀਂ ਸਾਰੀ ਜ਼ਿੰਦਗੀ ਮੇਰੇ ਨਾਲ ਰਹੇ ਹਾਂ ਕੁਛ ਮੰਗਣਾ। ਅਤੇ ਭਾਈ ਮਰਦਾਨੇ ਨੇ ਬਹੁਤ ਵਧੀਆ ਗੱਲ ਕਹੀ, ਤਾਂ ਮੈਂ ਗੁਰੂ ਸਾਹਿਬ ਬਸ ਇਹ ਕਿਰਪਾ ਕਰਦੇ ਹੋ ਕਿ ਮੇਰੀ ਅਤੇ ਤੁਹਾਡੀ ਨਿਭ ਜਾਏ। ਅਤੇ ਭਾਈ ਮਰਦਾਨੇ ਨੇ ਜਿਹੜੀ ਨਿਭਣ ਦੀ ਗੱਲ ਕਹੀ ਉਹ ਆਪ ਦਾ ਨਿਭਾ ਗਿਆ, ਉਹਦਾ ਮਕਸਦ ਇਹ ਹੈ ਕਿ ਗੁਰੂ ਨਾਨਕ ਦੇ ਮੰਨਣ ਵਾਲਿਆਂ ਦੀ ਅਤੇ ਮੁਹੰਮਦ ਰਸੂਲਾਂ ਦੇ ਮੰਨਣ ਵਾਲਿਆਂ ਦੀ ਨਿਭ ਜਾਏ, ਇਹ ਸਾਂਝ ਜਿਹੜੀ ਹੈ ਉਹ ਬਰਕਰਾਰ ਰਹੀ, ਉਹ ਫਿਰ ਬਰਕਰਾਰ ਵੀ ਰਹੀ। ਪੀਰ ਬਾਬਾ ਨਾਨਕ ਸਾਹਿਬ ਉਹਨਾਂ ਦੀ ਬਰਕਤ ਸਮਝੋ, ਉਹਨਾਂ ਦਾ ਲਾਇਆ ਹੋਇਆ ਪੌਦਾ ਸਮਝੋ ਕਿ ਇੱਕ ਸਮਾਂ ਸੀ ਕਿ ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਉੱਠੇ ਜ਼ੁਲਮ ਦੇ ਖਿਲਾਫ, ਅਤੇ ਇੱਕ ਐਸਾ ਸਮਾਂ ਵੀ ਆਇਆ ਕਿ ਨਬੀ ਖਾਂ ਗਨੀ ਖਾਂ ਨੇ ਉਹਨਾਂ ਨੂੰ ਉੱਚਾ ਪੀਰ ਬਣਾ ਕੇ ਜਦ ਮੋਢਿਆਂ 'ਤੇ ਚੁੱਕਿਆ ਨਾ, ਅਤੇ ਫਿਰ ਪੀਰ ਬਾਬਾ ਬੁੱਧੂ ਸ਼ਾਹ ਨੇ ਆਪਣਾ ਖਾਨਦਾਨ ਕੁਰਬਾਨ ਕਰਕੇ ਦੱਸਿਆ ਕਿ ਮੁਹੰਮਦ ਰਸੂਲਾ ਦਾ ਹੁਕਮ ਹੈ ਕਿ ਹੱਕ ਔਰ ਇਨਸਾਫ਼ ਦੇ ਲਈ ਜਦ ਵੀ ਕੋਈ ਨਿਕਲੇਗਾ ਤਾਂ ਮੁਸਲਮਾਨ ਜਿਹੜੇ ਉਹਦੇ ਨਾਲ। ਇਹ ਇਸਲਾਮ ਦੀ ਮੁੱਢਲੀ ਸਿੱਖਿਆ। ਇੱਕ ਸਵਾਲ ਦਾ ਵੈਸੇ ਜਵਾਬ ਦੇ ਦਿੱਤਾ ਪਹਿਲਾਂ ਹੀ ਆਪਣੇ ਲੈਕਚਰ ਦੇ ਵਿੱਚ ਕਿ ਰਾਸ਼ਟਰਵਾਦੀ ਅੰਗਤ ਰਾਹੀਂ ਜਦੋਂ ਇਤਿਹਾਸ ਲਿਖਿਆ ਜਾਂਦਾ ਉਦੋਂ ਇਹ ਕਿਹਾ ਜਾਂਦਾ ਵੀ ਮੁਸਲਮਾਨ ਜਿਹੜਾ ਉਹ ਤਲਵਾਰ ਦੇ ਸਿਰ 'ਤੇ ਪੈਂਦੇ ਆ। ਹਾਂ, ਪਰ ਵੈਸੇ ਜੇ ਆਪਾਂ ਇਸ ਗੱਲ ਪਾਸੇ ਛੱਡ ਕੇ ਵੈਸੇ ਕੌਣ ਪਹਿਲਾਂ ਜਿਨ੍ਹਾਂ ਨੇ ਆਣ ਕੇ ਇੱਥੇ ਇਸਲਾਮ ਫੈਲਾਇਆ? ਸਭ ਤੋਂ ਪਹਿਲਾਂ ਇੱਕ ਲੜਕਾ ਸੀ 17 ਸਾਲ ਦੀ ਉਮਰ ਸੀ, ਉਹਦਾ ਨਾਂ ਸੀ ਮੁਹੰਮਦ ਬਿਨ ਕਾਸਿਮ। ਉਹ ਸਿੰਧ 'ਚ ਆਇਆ, ਸਿੰਧ 'ਚ ਰਾਜਾ ਜ਼ਾਹਿਰ ਦੀ ਸਰਕਾਰ ਸੀ, ਅਤੇ ਅਰਬ ਦੇਸ਼ ਤੋਂ ਤਾਜਰ ਉੱਥੇ ਸਮਾਨ ਵੇਚਣ ਆਉਂਦੇ ਸੀ। ਤਾਜਰਾਂ ਦੀ ਇੱਕ ਲੜਕੀ ਨੂੰ ਕੈਦ ਕਰ ਲਿੱਤਾ ਗਿਆ। ਉਸ ਲੜਕੀ ਨੇ ਖਲੀਫਾ ਨੂੰ ਚਿੱਠੀ ਲਿਖੀ ਇੱਕ ਮੱਲਾ ਦੇ ਹੱਥ ਕਿ ਮੈਨੂੰ ਇੱਥੇ ਕੈਦ ਕੀਤਾ ਗਿਆ, ਮੈਨੂੰ ਛੁਡਾਓ। ਉਸ ਲੜਕੀ ਨੂੰ ਛੁਡਾਉਣ ਦੇ ਲਈ ਖਲੀਫਾ ਨੇ ਇੱਕ ਜਰਨੈਲ ਭੇਜਿਆ, ਉਹਦੀ ਉਮਰ 17 ਸਾਲ ਸੀ, ਉਹਦਾ ਨਾਂ ਸੀ ਮੁਹੰਮਦ ਬਿਨ ਕਾਸਿਮ। 13 ਜਾਂ 14 ਹਜ਼ਾਰ ਫੌਜੀਆਂ ਨਾਲ ਉਹ ਸਿੰਧ ਪਹੁੰਚੇ। ਸਭ ਤੋਂ ਪਹਿਲਾਂ ਉਹਨੇ ਸਿੰਧ ਫਤਿਹ ਕੀਤੀ। ਸਿੰਧ ਫਤਿਹ ਕਰਨ ਤੋਂ ਬਾਅਦ ਉਹਦਾ ਮਕਸਦ ਸਿਰਫ ਉਸ ਲੜਕੀ ਨੂੰ ਛੁਡਵਾਉਣਾ ਸੀ, ਇਸ ਤੋਂ ਇਲਾਵਾ ਕੋਈ ਮਕਸਦ। ਇਹ ਵੀ ਮਕਸਦ ਨਹੀਂ ਸੀ ਵੀ ਇੱਥੇ ਧਰਮ ਦਾ ਪ੍ਰਚਾਰ ਕਰਨਾ ਹੈ, ਮੁਸਲਮਾਨਾਂ ਨੂੰ, ਲੋਕਾਂ ਨੂੰ ਮੁਸਲਮਾਨ ਕਰਨਾ। ਲੇਕਿਨ ਫਤਿਹ ਤੋਂ ਬਾਅਦ ਜਦੋਂ ਬਾਜ਼ਾਰਾਂ 'ਚ ਨਿਕਲਿਆ, ਇੱਕ ਬੰਦਾ ਘੋੜੇ 'ਤੇ ਜਾ ਰਿਹਾ ਸੀਗਾ, ਸੜਕ ਤੋਂ ਨੀਵਾਂ, ਪੰਗੜੀ ਤੋਂ ਥੱਲੇ, ਅਤੇ ਮੋਢੇ 'ਤੇ ਉਹਨੇ ਬਿੱਲੀ ਬਿਠਾਈ। ਮੁਹੰਮਦ ਬਿਨ ਕਾਸਿਮ ਨੇ ਪੁੱਛਿਆ ਕਿ ਵੀ ਰੋ ਕੇ ਕੀ ਗੱਲ ਆ, ਵੀ ਘੋੜੇ 'ਤੇ ਵੀ ਹੈਗਾ, ਅਸਲ ਰਸਤਾ ਵੀ ਛੱਡਿਆ ਹੋਇਆ, ਮੋਢੇ 'ਤੇ ਬਿੱਲੀ ਵੀ ਬਿਠਾਈ। ਉਹ ਕਹਿੰਦਾ ਕਿ ਮੇਰੀ ਜ਼ਾਤ ਬਹੁਤ ਨੀਵੀਂ ਹੈ, ਅਤੇ ਸਰਕਾਰ ਦਾ ਹੁਕਮ ਹੈ ਕਿ ਜਿਹਦੀ ਜ਼ਾਤ ਨੀਵੀਂ ਹੈ ਭਾਵੇਂ ਉਹ ਕਰੋੜਪਤੀ ਹੋ ਜਾਏ, ਉਹ ਸੜਕ 'ਤੇ ਨਹੀਂ ਚੱਲ ਸਕਦਾ। ਅਤੇ ਬਿੱਲੀ ਬਿਠਾ ਕੇ ਰੱਖੇ ਮੋਢੇ 'ਤੇ ਕੋਈ ਛੋਟਾ ਬੱਚਾ ਜਾਨਵਰ, ਤਾਂ ਕਿ ਪਤਾ ਲੱਗ ਜਾਵੇ ਵੀ ਤੇਰੀ ਜ਼ਾਤ ਨੀਵੀਂ ਹੈ। ਅਤੇ ਮੁਹੰਮਦ ਬਿਨ ਕਾਸਿਮ ਨੇ ਕਿਹਾ ਨਹੀਂ, ਅਸੀਂ ਤਾਂ ਅਰਬ ਦੀ ਧਰਤੀ ਤੋਂ ਆਏ ਹਾਂ, ਅਗਰ ਤੁਸੀਂ ਅਲੈਗਜ਼ੈਂਡਰ ਨੂੰ ਪੜ੍ਹੋਗੇ ਔਰ ਸਿਕੰਦਰ ਨੂੰ ਪੜ੍ਹੋਗੇ, ਹਜ਼ਰਤ ਮੁਹੰਮਦ ਸਾਹਿਬ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਦੁਨੀਆ ਫਤਿਹ ਕੀਤੀ ਉਹ ਅਰਬ ਦੇ ਦਰਵਾਜ਼ੇ 'ਤੇ, ਯਾਨੀ ਕੈਸਰੋ ਕਿਸਰਾ ਈਰਾਨ ਇਰਾਕ ਜਿਹਨੂੰ ਕਹਿੰਦੇ ਹਾਂ ਅਸੀਂ, ਉੱਥੇ ਪਹੁੰਚ ਕੇ ਉਹਨਾਂ ਨੇ ਕਿਹਾ ਕਿ ਅੱਗੇ ਤਾਂ ਜਾਣ ਦੀ ਲੋੜ ਹੀ ਨਹੀਂ ਮੱਕੇ ਵੱਲ, ਇੱਥੇ ਤਾਂ ਸਿਵਾਏ ਰੇਤੇ ਦੇ ਹੋਰ ਹੈ ਹੀ ਕੁਛ ਨਹੀਂ, ਕੋਈ ਅਟਰੈਕਸ਼ਨ ਨਹੀਂ, ਮੱਕੇ ਦੀ ਧਰਤੀ ਦੀ ਕੋਈ ਅਟਰੈਕਸ਼ਨ ਨਹੀਂ ਹੈ, ਮਦੀਨੇ ਦੀ ਧਰਤੀ ਦੀ ਕੋਈ ਅਟਰੈਕਸ਼ਨ ਨਹੀਂ। ਅਗਰ ਜ਼ਮੀਨੀ ਲਿਹਾਜ਼ ਨਾਲ ਦੇਖੀਏ, ਨਾ ਖੂਬਸੂਰਤ ਪਹਾੜ ਨੇ, ਨਾ ਹਰਿਆਲੀ ਹੈ, ਨਾ ਦਰਿਆ ਆ, ਨਾ ਲੋਕ ਖੂਬਸੂਰਤ ਹੈ। ਅੱਲਾਹ ਤਾਲਾ ਨੇ ਕਿਹਾ ਵੀ ਜਿੱਥੇ ਕੋਈ ਵੀ ਅਟਰੈਕਸ਼ਨ ਨਹੀਂ ਹੈ, ਔਰ ਦੁਨੀਆ ਵਾਲੇ ਕਹਿੰਦੇ ਵੀ ਇਹਨੂੰ ਫਤਿਹ ਕਰਨ ਦੀ ਲੋੜ ਨਹੀਂ, ਇੱਥੋਂ ਅਟਰੈਕਸ਼ਨ ਦੇਵਾਂਗੇ ਪੂਰੀ ਦੁਨੀਆ। ਮੁਹੰਮਦ ਬਿਨ ਕਾਸਿਮ ਨੇ ਕਿਹਾ ਵੀ ਅਸੀਂ ਤਾਂ ਮੱਕਿਓਂ ਆਏ, ਅਤੇ ਮੁਹੰਮਦ ਸਾਹਿਬ ਨੇ ਤਾਂ ਕਿਹਾ ਵੀ ਬਿਲਾਲ ਜਿਹੜਾ ਸਾਡੇ ਨਾਲ ਬਹਿ ਕੇ ਰੋਟੀ ਖਾਏਗਾ। ਉਹ ਕਹਿੰਦੇ ਨਹੀਂ ਜਨਾਬ, ਅਸੀਂ ਤਾਂ ਇਸ ਕਾਬਲ ਹੀ ਨਹੀਂ ਹੈ ਕਿ ਤੁਹਾਡੇ ਨਾਲ ਬਹਿ ਕੇ ਰੋਟੀ ਖਾਏ, ਪਰ ਮੈਂ ਇੱਕੋ ਹੀ ਕੁੱਜੇ 'ਚੋਂ ਪਾਣੀ ਪੀਵਾਂਗੇ, ਮੈਂ ਵੀ ਪੀਏਗਾ ਤੂੰ ਵੀ ਪੀਏ।
ਹੁਣ ਪ੍ਰੈਕਟੀਕਲੀ ਜਦੋਂ ਇਸਲਾਮ ਦਾ ਸੰਦੇਸ਼ ਸਿਰਫ 2-3 ਮਹੀਨੇ ਮੁਹੰਮਦ ਬਿਨ ਕਾਸਿਮ ਸਿੰਘ ਵਿੱਚ ਗਏ ਅਤੇ ਕਈ ਲੱਖ ਲੋਕ ਇਸ ਲਈ ਮੁਸਲਮਾਨ ਹੋਏ ਕਿ ਵੀ ਇਹ ਖੁਦਾ ਦੀ ਇਬਾਦਤ ਦੇ ਨਾਲ ਛੂਆ ਛੂਤ ਤੋਂ ਛੁਟਕਾਰੇ ਦਾ ਸੰਦੇਸ਼। ਉਸ ਤੋਂ ਬਾਅਦ ਖਲੀਫਾ ਨੇ ਮੁਹੰਮਦ ਬਿਨ ਕਾਸਿਮ ਨੂੰ ਵਾਪਸ ਬੁਲਾ ਲਿਆ, ਉਹ ਚਲਾ ਗਿਆ, ਥੋੜ੍ਹੇ ਜਿਹੇ ਪ੍ਰਚਾਰਕ ਵੀ ਚਲੇ ਗਏ ਅਤੇ ਇਸਲਾਮ ਫਿਰ ਆਹਿਸਤਾ ਆਹਿਸਤਾ ਫਿਰ ਉਹ ਤੋਂ ਬਾਅਦ ਕੀ ਹੋਇਆ ਜਦ ਸਿੰਧ ਫਤਿਹ ਹੋ ਗਿਆ ਅਤੇ ਫਿਰ ਵੱਡੇ ਵੱਡੇ ਬਜ਼ੁਰਗ ਆਉਣ ਲੱਗ ਜਿੱਦਾਂ ਕਸ਼ਮੀਰ ਹੈ ਉੱਥੇ ਹਜ਼ਰਤ ਬਲ ਦੀ ਦਰਗਾਹ ਹੈ, 3-4 ਬੜੇ ਬਜ਼ੁਰਗ ਹੋਰ ਨੇ, ਉੱਥੇ ਕੋਈ ਕਦੀ ਲੜਾਈ ਨਹੀਂ ਹੋਈ, ਮਤਲਬ ਕੋਈ ਵੱਡਾ ਮੁਸਲਮਾਨ ਜਰਨੈਲ ਨਹੀਂ ਗਿਆ ਕਿ ਕਸ਼ਮੀਰ ਨੂੰ ਫਤਿਹ ਕਰਕੇ। ਉੱਥੇ ਜਿਹੜੇ ਬਾਹਰੋਂ ਬੜੇ ਬੜੇ ਬਜ਼ੁਰਗ ਆਏ ਜਿੱਦਾਂ ਫਿਰ ਖਵਾਜਾ ਮੀਨੂਦੀਨ ਚਿਸ਼ਤੀ ਅਜਮੇਰ ਸ਼ਰੀਫ 'ਚ ਆ ਗਏ, ਸਰਹੰਦ ਸ਼ਰੀਫ ਵਾਲੇ ਆ ਗਏ, ਇਸ ਤਰ੍ਹਾਂ ਤੁਹਾਡੇ ਕਲੀਅਰ ਸ਼ਰੀਫ 'ਚ ਹੈ ਅਤੇ ਬੜੇ ਬੜੇ ਬਜ਼ੁਰਗ ਅਲੱਗ ਅਲੱਗ ਅਰਬ ਦੇਸ਼ਾਂ ਤੋਂ ਉਹ ਹਿੰਦੁਸਤਾਨ ਦੇ ਵਿੱਚ ਆਏ ਤਬਦੀਲ ਦੇ, ਅਤੇ ਫਿਰ ਆਹਿਸਤਾ ਆਹਿਸਤਾ ਉਹਨਾਂ ਨੇ ਲੋਕਾਂ ਨੂੰ ਆਹੀ ਮੁੱਢਲੀ ਸਿੱਖਿਆ ਜੀ ਕਿ ਵੀ ਖੁਦਾ ਦੀ ਇਬਾਦਤ ਦੇ ਨਾਲ ਇਨਸਾਨਾਂ 'ਚ ਬਰਾਬਰੀ ਲਿਆ, ਇਹੀ ਇਸਲਾਮ ਦਾ ਪੈਗਾਮ ਸੀ, ਉਹਦੇ ਇਹਨਾਂ ਲੋਕਾਂ ਦੇ ਵਿੱਚ ਇਸਲਾਮ ਜਿਹੜਾ ਹੋ ਗਿਆ। ਲਾਸਟ ਆਇਆ ਜੀ ਸਵਾਲ, ਜਿਹੜਾ ਇੱਕ ਲੱਕੀ ਨੰਬਰ ਆਮ ਤੌਰ 'ਤੇ ਕਹਿ ਦਿੰਦਾ ਜਿਹੜਾ 786 ਇਹਦੀ ਕੋਈ ਹੈ ਸਾਨੂੰ ਨਹੀਂ ਇਹਦੀ ਕੋਈ ਗੱਲਬਾਤ ਨਹੀਂ, ਅਤੇ ਇੱਦਾਂ ਹੈ ਕਿ ਜਿਹੜਾ ਸ਼ਬਦ ਹੈ ਬਿਸਮਿਲਾਹ ਰਹਿਮਾਨ ਰਹੀਮ, ਜਿੱਦਾਂ ਇੱਕ ਸ਼ਬਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਹੁਣ ਇਹਨੂੰ ਪੰਜਾਬੀ 'ਚ ਲਿਖ ਲਿਆ, ਹਰ ਸ਼ਬਦ ਦਾ ਅੱਖਰ ਲਿਖ ਲਓ ਉੜੇ ਅੜੇ ਦੇ ਹਿਸਾਬ ਨਾਲ ਵੀ ਉੜੇ ਦਾ ਪਹਿਲਾ ਅੜੇ ਦਾ ਦੂਜਾ ਏੜੇ ਦਾ ਤੀਜਾ, ਅਤੇ ਇਹਦਾ ਕੀ ਜੋੜ ਬਣਿਆ ਬਿਸਮਿਲਾਹ ਰਹਿਮਾਨ ਰਹੀਮ ਦਾ ਟੋਟਲ ਜੋੜ ਬਣਿਆ 786, ਅਤੇ ਉਹਨਾਂ ਨੇ ਬਿਸਮਿਲਾਹ ਨੂੰ ਸ਼ੋਰਟ ਲਿਖਣ ਦੇ ਲਈ 786 ਲਿਖਦਾ, ਅਤੇ ਉਹ ਬਿਸਮਿਲਾਹ ਦਾ ਮਤਲਬ ਹੁੰਦਾ ਸ਼ੁਰੂ ਕਰਦਾ ਹਾਂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਅਤੇ ਨਿਆਂ ਕਰਦਾ। ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਦਸਮ ਪਿਤਾ ਦੀ ਜਿਹੜੀ ਜੰਗ ਹੈ ਆਮ ਜਿਹੜੇ ਲੋਕ ਹੈ ਉਹਨਾਂ 'ਚ ਇਹ ਧਾਰਨਾ ਕਿ ਸ਼ਾਇਦ ਇਸਲਾਮ ਦੇ ਖਿਲਾਫ ਜੰਗਾਂ ਲੜੀਆਂ, ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਹੜੀ ਜੰਗ ਸੀ ਉਹ ਵਕਤ ਦੇ ਜ਼ਾਲਮ ਹੁਕਮਰਾਨਾਂ ਦੇ ਖਿਲਾਫ ਸੀ, ਉਹ ਇਸਲਾਮ ਦੇ ਖਿਲਾਫ ਨਹੀਂ ਸੀ। ਅਗਰ ਇਸਲਾਮ ਦੇ ਖਿਲਾਫ ਹੁੰਦੀ ਤਾਂ ਜਿੱਦਣ ਗੁਰੂ ਸਾਹਿਬ ਦਾ ਜ਼ਹੂਰ ਹੁੰਦਾ ਪਟਨਾ 'ਚ ਅਤੇ ਭੀਖਮ ਸ਼ਾਹ ਵਰਗੇ ਲੋਕ ਜਿਹੜੇ ਹੈ ਉਹਦੇ ਸਾਹਮਣੇ ਖੜ੍ਹੇ ਨੇ ਜ਼ਿਆਰਤ ਕਰਨ ਦੇ ਲਈ, ਨਬੀ ਖਾਂ ਗਨੀ ਖਾਂ ਵਰਗੇ, ਪੀਰ ਕੁਤੁਬ ਸ਼ਾਹ ਵਰਗੇ, ਔਰ ਇੱਦਾਂ ਦੇ ਇੱਕ ਦੋ ਨਹੀਂ ਕਈ ਹਜ਼ਾਰ ਲੋਕ ਨੇ ਕੀ ਸਮਝੇ, ਅਤੇ ਉਹ ਜਿਹੜੀ ਜੰਗ ਹੈ ਉਹ ਵਕਤ ਦੇ ਜ਼ਾਲਿਮ ਹੁਕਮਰਾਨਾਂ ਦੇ ਖਿਲਾਫ, ਔਰ ਜ਼ਾਲਿਮ ਕੋਈ ਵੀ ਹੋਏ, ਜ਼ਾਲਮ ਦਾ ਕੋਈ ਧਰਮ ਨਹੀਂ ਹੁੰਦਾ, ਉਹਦਾ ਲਿਬਾਸ ਲੋਕਾਂ ਨੂੰ ਭੁਲੇਖੇ 'ਚ ਪਾਉਂਦਾ ਕਿ ਇਹ ਮੁਸਲਮਾਨ ਹੈ, ਹਿੰਦੂ ਹੈ, ਸਿੱਖ ਹੈ, ਨਹੀਂ ਜ਼ਾਲਮ ਦਾ ਕੋਈ ਧਰਮ ਨਹੀਂ, ਜ਼ਾਲਮ ਦਾ ਧਰਮ ਤਾਂ ਸਿਰਫ ਹਕੂਮਤ ਚਲਾਉਣ 'ਚ, ਅਤੇ ਜਿਹੜਾ ਲੋਕਾਂ ਨੇ ਜ਼ੁਲਮ ਕੀਤਾ ਸਾਹਿਬਜ਼ਾਦਿਆਂ ਨੂੰ ਚਿਣਵਾਇਆ ਗੁਰੂ ਸਾਹਿਬ ਦੇ ਖਿਲਾਫ਼ ਜਿਹੜੇ ਉਤਰੇ ਉਹ ਵਕਤ ਦੇ ਜ਼ਾਲਿਮ ਹੁਕਮਰਾਨ ਸੀ, ਅਤੇ ਮੁਸਲਮਾਨਾਂ ਨੇ ਉਹਨਾਂ ਨੂੰ ਕਦੀ ਐਪਰੀਸ਼ੀਏਟ ਨਹੀਂ ਕੀਤਾ, ਕੋਈ ਇਹ ਨਹੀਂ ਕਿਹਾ ਕਿ ਇਹਨਾਂ ਨੇ ਕੋਈ ਚੰਗਾ ਕੰਮ ਕੀਤਾ। ਔਰੰਗਜ਼ੇਬ ਰਹਿਮਤੁੱਲਾ ਅਲੈਹ ਦੇ ਮੁਤਾਲਿਕ, ਕਿਉਂਕਿ ਔਰੰਗਜ਼ੇਬ ਦੀ 1x1 ਜਿਹੜਾ ਆਪਾਂ ਕਹਿੰਦੇ ਫੇਜ਼ ਬਾਈ ਫੇਜ਼ ਗੁਰੂ ਸਾਹਿਬ ਦੇ ਨਾਲ ਕੋਈ ਜੰਗ ਕਿਸੇ ਮੈਦਾਨ ਦੇ ਵਿੱਚ ਸਾਹਮਣੇ ਨਹੀਂ, ਉਹ ਰਾਜਾ ਬਣਦੇ ਹੀ ਦੱਖਣ 'ਚ ਚਲਾ ਗਿਆ, ਔਰ ਜਦੋਂ ਪੂਰੀ ਜੰਗਾਂ ਦੀ ਉਹਨੂੰ ਇਤਲਾਹ ਮਿਲੀ ਖਤੋ ਕਿਤਾਬਤ ਦੇ ਲਈ, ਉਸ ਵੇਲੇ ਇੰਨੀ ਟੈਕਨੋਲੋਜੀ ਨਹੀਂ ਸੀ, ਅਤੇ ਮੈਂ ਉੱਦਣ ਇੱਕ ਕਿਤਾਬ ਪੜ੍ਹ ਰਿਹਾ ਸੀ, ਫਿਰ ਮੈਂ ਡਾਕਟਰ ਉਦੇਜ ਹੋਰਾਂ ਨੂੰ ਫੋਨ ਵੀ ਕੀਤਾ ਕਿ ਔਰੰਗਜ਼ੇਬ ਨੇ ਖਾਹਿਸ਼ ਆਈ ਕੀਤੀ ਵੀ ਇੱਕ ਜਗ੍ਹਾ ਕਿ ਮੈਂ ਗੁਰੂ ਸਾਹਿਬ ਦੀ ਜ਼ਿਆਰਤ ਕਰਨਾ ਚਾਹੁੰਦਾ, ਮਿਲਣਾ ਚਾਹੁੰਦਾ ਉਹਨਾਂ ਨੂੰ, ਅਤੇ ਗੁਰੂ ਸਾਹਿਬ ਨੇ ਕਿਹਾ ਠੀਕ ਹੈ ਤੇਰੇ ਨਾਲ ਮੁਲਾਕਾਤ ਕਰਦੇ ਹਾਂ, ਬਹਿ ਕੇ ਗੱਲ ਹੁੰਦੀ, ਅਤੇ ਇਸ ਦੌਰਾਨ ਔਰੰਗਜ਼ੇਬ ਦਾ ਧਿਆਨ ਹੋ ਗਿਆ। ਉਹ ਇੱਕ ਅਲੱਗ ਇਤਿਹਾਸਕ ਪਿਛੋਕੜ ਹੈ, ਲੇਕਿਨ ਜਿੱਥੇ ਤੱਕ ਇਸ ਪੰਥ ਦੇ ਬਾਨੀ ਪੂਰੇ ਪੰਜਾਬੀਆਂ ਨੂੰ ਸਿੱਖਾਂ ਨੂੰ ਦਸਤਾਰ ਦੇਣ ਵਾਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜ਼ਾਤ ਦੀ ਗੱਲ ਹੈ, ਉਹਨਾਂ ਨੇ ਜ਼ੁਲਮ ਦੇ ਖਿਲਾਫ਼ ਇੱਕ ਜੰਗ ਦਾ ਆਗਾਜ਼ ਕੀਤਾ, ਔਰ ਅਸੀਂ ਮਾਣ ਦੀ ਗੱਲ ਇਹ ਸਮਝਦੇ ਹਾਂ, ਚਾਹੇ ਉਹ ਨਬੀ ਖਾਂ ਗਨੀ ਖਾਂ ਹੋਵੇ, ਚਾਹੇ ਕੋਈ ਗੁਰੂ ਸ਼ਾਹ ਜੀ ਹੋਵੇ, ਚਾਹੇ ਅਲੱਗ ਅਲੱਗ ਸਮੇਂ ਵਿੱਚ ਉਹਨਾਂ ਦੇ ਨਾਲ ਜਿਹੜੇ ਮੁਸਲਮਾਨ ਚੇਲੇ ਨਾਲ ਲੱਗੇ ਰਹੇ ਉਹ, ਅਸੀਂ ਆਪਣੇ ਲਈ ਵੀ ਇਹ ਮਾਣ ਦੀ ਗੱਲ ਸਮਝਦੇ ਹਾਂ ਕਿ ਜ਼ੁਲਮ ਦੇ ਖਿਲਾਫ਼ ਜਿਹੜੀ ਜੰਗ ਸੀ ਉਹਦੇ 'ਚ ਮੁਸਲਮਾਨ ਜਿਹੜੇ ਨੇ ਉਹ ਗੁਰੂ ਸਾਹਿਬ ਦੇ ਪਿੱਛੇ ਨਜ਼ਰ ਆਉਂਦੇ ਨੇ, ਅਤੇ ਸਾਡੇ ਲਈ ਇਹ ਖੁਸ਼ੀ ਦੀ ਵੀ ਗੱਲ ਹੈ, ਸਤਿਕਾਰ ਦੀ ਵੀ ਗੱਲ ਹੈ। ਔਰ ਜ਼ਾਲਮ ਦਾ ਜਿਹੜਾ ਫਿਰ ਮੈਂ ਦੱਸਣਾ ਚਾਹੁੰਦਾ, ਕੋਈ ਧਰਮ ਨਹੀਂ ਹੁੰਦਾ, ਜ਼ਾਲਮ ਇਕੱਲਾ ਜ਼ਾਲਮ ਨਹੀਂ ਹੁੰਦਾ, ਉਹ ਚਾਹੇ ਕਿਸੇ ਵੀ ਮਜ਼ਹਬ ਨੂੰ ਮੰਨਦਾ। ਇੱਕ ਜੀ ਜਿਵੇਂ RSS ਆ ਅਤੇ ਸਿੱਖੀ ਬਾਣੀ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਹੱਥ ਵਰਤੇ ਬਣੇ,
इस्लाम के जड़िया संस्थावान आ जा नीतिक तौर पर नुकसान पहुँचा रहे इन्हों की पहचान कितना कर रहे। देखो दो गल जे धर्मी लोग ने पहला एक गल समझो किसी अक्सर मौलवियों की तस्वीर सुनो उन्होंने किसी मजहब के खिलाफ बोलते हुए नहीं मिलन देते। मुहम्मद रसूल ने एक गल समझाई सर एक गुना किया जाए कि असी अपनी क्वालिटी वधिए कर लीए दूजे की निखेधी कर शुरू तो ही इस गल जोर दिता गया कि असी अपनी क्वालिटी अच्छी रखिए दूसरे की बुराई ना दे। हूँ मिसाल के तौर पर इन्होंने मैंने एक पर्ची दी कि प्रचारकों के आर एस एस के बंदे बड़े हुए हैं मुसलमानों में भी है मुसलमानों च नहीं हरेक नसल के मैं दफ्तर प्रिंसीपल साहब न गल कर रहा मैं कह एक अजकल बीमारी चल रही वो बीमारी ये चलती है मुसलमानों की सिखा की कि बी जिहड़े वधिया सत्कार वाले लोग ने उन्होंने बेइज्जती किदां की जा रही मतलब जिहड़े प्रोटोकॉल के हिसाब नाल भी नीवे ने ना वो भी जाते घट्टो घट कोई वड्डा जथेदार होवे तो गल नूं पईए सी जा कि वो नहीं कर रहे। ये जिहड़े धर्म तरक्की करते हैं या जिहड़ियां कौमां सत्कारयोग बनदियां फिर कुछ लोग चाहते होंगे कि भी ये ज़्यादा अगे ना बढ़ने उन्होंने लड़ाओ जब लड़ाना है तो जरूरी है कि उन्होंने कुछ ऐसे लोग हों जे थोड़े जो भावना पैदा कर क्योंकि थोड़ा जो लीडर है थोड़ा जो कायद है थोड़ा जो पार्टी है अगर वो धर्मी भी है तो थोड़ू भी बार बार सिखाना कि नहीं यार ये धर्मी नहीं है तो ठग है जी ये बदमाश है जी इन्हें आह घोटाला करता इन्हें वो घोटाला करता यानी हवा चलानी किस काम के लिए क्योंकि अंग्रेज का एक दस्तूर रहा कि किसी बहुत वड्डी फौज नूं मारिया नहीं जा सकता किसी फौज का कतल नहीं हो सकता जो वो जरनलों लड़ाई करा देंगे तो मेरे कंडम हो जाए इन चलाने वाले लोगों की जो आपस एक दूजे का गल फड़ लैन फिर ये कौम यही मैं थोड़ा कहना चाहूँगा। असी तो इस गल तो हिसाब हिसाब ला लीजिए जिदा मुसलमानों के कुछ रसालिया कुछ अखबार जोड़े दिल्ली तो उर्दू छपते हैं जब किसी ऐसे बंद का आर्टिकल आता कि जी तीन तलाक ऐसे नहीं है वैसे है कि इदा हलाला हराम नहीं हलाल जब तुम पता है शरीयत तीन तलाक का शब्द भी आ गया पहला तो मैं यही दसदा जल्द रह गया तीन शहर तीन तलाक कुरान शरीफ नहीं लिखिया और तो मजे की गल मैं दसा दुनिया के जिन्हें धर्म ग्रंथ उन्हें कितने तलाक का जिक्र नहीं सिवाय कुरान शरीफ जिन्हें दुनिया के धर्म ग्रंथ ने वो तलाक का जिक्र नहीं करते कुरान करता क्यों करता है? कुरान ने कहा मैं तलाक का ता जिक्र करता रहम के लिए अल्लाह ने कहा कि मैं तो शफकत के लिए तलाक का जिक्र कुरान च कर रहा किदा का रहम जी वो सारा महला मानता है कि यह बदमाश है शराबी है अयाश है गलती ना कुड़ी ब्याहती है तो हूँ यहाँ छुटकारे का कोई रस्ता नहीं मनी जाती है पंचायत यदि मुंडा खराब है शराबी भी है जी नशेड़ी भी है जी यदि करतूत ठीक नहीं सारी पंचायत मानती है नहीं जी लेकिन कुड़ी का छुटकारा नहीं हो सकता ये जो डोली आई है तो डोला ही जाऊगा इस्लाम ने कहा क्यों डोला जाऊगा कि कुड़ी को जीण का हक नहीं है। शरीयत ने कहा कि तलाक असी लैके आए हैं कि जी गलत जगह फस गई उन्होंने कितना कटना उन्होंने मारना ही है वो आत्महत्या ही करे उन्होंने तेल पा के जाल ही दिता जाए तलाक के कानून की वजह नाल मैं जिम्मेदारी थोड़े सामने गल कहना 304 की दे मुकदमे इस देश के दे लखा ने जिन्हें कुड़ियों दहेज के लिए जलाया गया है मारिया गया है इन्हों लखा मुकदमिया जो कोई मुसलमाना का लग जाए तो मैं आगे मर जाए कि मुसलमान कुड़ी जलाई गई तलाक का कानून ही लैके आए हैं कि कुड़ी गलत जगह फस गई उन्होंने छुटकारा दो इस्लाम ने तो इतने तक कहा भी मुंडा बदमाश है फस गया कहता जी मैं तलाक नहीं दूंगा क्योंकि तीन तो निकाह हो सकते होर निकाह कर दो तेनों नहीं छड़ता ताकि तेरा विआह कितने ना हो सके तो फिर इस्लाम ने कहा कि अपनी मस्जिद जाओ काजी को जाके एप्लीकेशन दो
कि फलाना मुंडा मैं इहदे नाल विआही है, बदमाश है, नशेड़ी है, मैनू तशद्दद करदा है, दूजा निकाह करना चाहता, मैनू नहीं छड़ना चाहता। मेरे इस्लाम कहता कि असी इमाम नू पावर दिती है, मुंडे नू बुलाए, कुड़ी नू बुलाए, तेरे गवाहां नू बुला के मुंडे नू दस दे कि मैं तेरा निकाह तोड़ता है। हुण कहिंदे निकाह फस्क करना, फस्क एक शब्द है अरबी का, मतलब फसक कहते तोड़न। इस्लाम ने कहा कि असी काजी नू इख्तियार देता निकाह तोड़ दो ताकि लड़की की इज्जत बरकरार रहे। लड़की की भी क्यों, जब कोई लड़का ही ऐसा फंस गया किसी ऐसी गलत औरत के नाल कि उन्हें राह ना मिले फिर। इसलिए इस्लाम ने कहा कि असी तलाक रहम दे लई लैके आए, जुलम दे लई नहीं। दूसरी गल, तीन तलाक, शब्द तीन इधरले पासे आ जाए। तीन का मतलब यह होया कि तीन सैशन बनाओ, तीन पंचायत बनाओ। तीन का मतलब यह नहीं मैं तलाक देती तलाक देती तलाक देती, नहीं। ये जो कानून सरकार बना रही है लोगों को गुमराह करके, इस्लाम ने आज तो पहला इन्हें कहा भी तलाक के बिदत है। मुस्लिम पर्सन ला बोर्ड चको एक्ट उच लिखा बकायदा भारत के कानून च भी, ये तीन तलाक तलाक के बिदत। बिदत का मतलब एक ऐसा रवाज जिहड़ा मुहम्मद साहब तो बाद लियाया गया, जो असीं पहले ही जो भी तलाक के बिदत है इस्लाम मानता नहीं। तीन का मतलब यह सीगा कि लड़का लड़की की लड़ाई हो गई तो आप पंचायत बुला ली, गल नहीं निबड़ी तो एक तलाक हो। जो गल नहीं निबड़ी कुड़ी वाले कुड़ी में अपने घर लैके, मुंडे अपने घर लैके, तो एक तलाक, फिर दो महीने बाद कुरान ने कहा फिर दोबारा बुला, दोबारा फिर पंचायत हुई, फिर गल नहीं निबड़ी, बहस हुई कितने नहीं आए, फिर उठ गए जा फिर दो तलाक हो। दो तलाकों तो बाद इस्लाम ही कहता है कि हुण लड़की जिथे मर्जी शादी कर, लड़का भी जिथे मर्जी शादी, लेकिन अगर 5-10 साल बाद दोनों शादी नहीं करते और इन्ह 5-10 साल तीसरी पंचायत नहीं होंगी तो फिर इन दोनों इख्तियार है कि आपस मेल कर लैन दोबारा निकाह कर। लेकिन अगर तीसरी पंचायत हो गई, तीसरी पंचायत होने तो बाद जब उठे तो तीन तलाक हो गई। हूँ कहता कुरान कि हूँ कुड़ी अलग हो गई, मुंडा अलग हो गया, दो चार साल बाद कहो जी असी तो मेल करना है, तो कुरान कहता है कि गुड्डा गुड्डी का खेड़ नहीं है कि जो थोनों इजाजत देती लोगों ने तो खेड़ समझ लेना कि अज तलाक दी कल सांझ पा ली, फिर तो कुड़ी वाले इसी काम में रह गए जब भी अज तलाक दो फिर कल परसों दोबारा सांझ दी। नहीं, कुरान ने कहा तीन दफा थोड़ा मोहलत देती, पहली पंचायत की एक तलाक हो गई, दूजी पंचायत की दो तलाक हो गई, हूँ जितने मर्जी ब्याह करो, तीजी पंचायत कहते करते हो, जे तीजी भी करते हो तो हूँ उस बाद कोई मेल नहीं। और ताइयो कई लोगों ने एक नवा चज बना लिया हलाला, आखिर जी तीन तलाक हो गई तो हलाला करा लो, मतलब वो कुड़ी किसी होर नाल निकाह करे फिर उस तो तलाक होए फिर इधर करे। इस्लाम ने हलाले की इजाजत बिल्कुल नहीं दी। ये तीन तलाक जी गल है वो मैं क्या और कोई सवाल किसी का लेकर ठीक है जी। थोड़े नाल मिल के सब बहुत बहुत खुशी हुई और उम्मीद है कि कुछ गल्लां क्लैरिफाई हुई होंगे। प्रिंसिपल साहब का बहुत शुक्रगुजार है सारे स्टाफ का कि थोड़े नाल मिलने का मौका तक किया। अल्लाह ने जाए दोबारा।